ਜਿਹੜਾ ਕੋਈ ਬੰਦਾ ਕਹਿੰਦਾ ਵੀ ਜਦੋਂ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲਾਉਂ ਕਰਦਾ ਫਿਰ ਉਹੀ ਤੁਹਾਡਾ ਹੀਰੋ ਬਣਿਆ ਹੈਗਾ ਇਹਦੇ ਵਿੱਚ ਉਹੀ ਫਿਰ ਜਿਹੜਾ ਕਿ ਕੋਈ ਗੈਂਗਸਟਰ ਦਿਖਾ ਰਿਹਾ ਉਹੀ ਤੁਹਾਡਾ ਹੀਰੋ ਬਣਿਆ ਆ ਪੰਨਾ ਪਿਆ ਅਜੀਤ ਪਿਆ ਮੇਰੇ ਕੋਲ ਆ ਇਹਨਾਂ ਦੀ ਆਹ ਕਈ ਅਖਬਾਰ ਆਉਂਦੇ ਨੇ ਮੇਰੇ ਕੋਲ ਹੁਣ ਪਹਿਲਾਂ ਉੱਠ ਕੇ ਬੰਦਾ ਪੜੂਗਾ ਵੀ ਆ ਫਰੰਟ 'ਤੇ ਦੇਖੋ ਜੀ ਵਰਜਿੰਦਰ ਸਿੰਘ ਲਈ ਕੀ ਹੋ ਗਿਆ ਫਲਾਨਾ ਹੋ ਗਿਆ ਫਿਰ ਉਸ ਤੋਂ ਬਾਅਦ ਵਿੱਚ ਦੂਜੇ ਪੇਜ ਦੇਖੋ ਵੀ ਵਰਜਿੰਦਰ ਸਿੰਘ ਲਈ ਜੀ ਕਿੰਨੀ ਵੱਡੀ ਆ ਹੋ ਗਈ ਫਲਾਨਾ ਢਿੰਗੜਾ ਹੋ ਗਿਆ ਫਿਰ ਆ ਤੁਹਾਡੀ ਕਹਾੜ ਜੀ ਹੋ ਗਈ ਆ ਚਲੋ ਤੁਸੀਂ ਲਾਉਣੀ ਹੈ ਫੇਰ ਫੇਰ ਤੁਹਾਡਾ ਸੰਵਾਦਕੀ ਬੰਨਾ ਆ ਜਾਂਦਾ ਇਹਦਾ ਸੰਵਾਦਕੀ ਟੋਨ ਦੇਖ ਲੋ ਕੱਲ ਵਾਲਾ ਚੱਕ ਕੇ ਦੇਖੋ ਮੋਦੀ ਸਾਹਿਬ ਦੀ ਅਮਰੀਕਾ ਫੇਰੀ ਬਾਰੇ ਸੀਗਾ ਪੰਜਾਬ ਵਾਲੇ ਵੀ ਕਰਨ ਲੱਗੇ ਸੀ ਪ੍ਰੋ ਪੰਜਾਬ ਵਾਲੇ ਆ ਫਲਾਨਾ ਹੈਗੇ ਆ ਅਸੀਂ ਪੰਜਾਬ ਲਈ ਔਨ 에ਅਰ ਹੁੰਨੇ ਹੈਗੇ ਆ ਤੇ ਬਾਅਦ ਵਿੱਚ ਤੁਸੀਂ ਦੇਖੋ ਵੀ ਜਿਹੜੇ ਪੰਜਾਬ ਲਈ ਔਨ 에ਅਰ ਹੁੰਦੇ ਸੀ ਜਾਂ ਪ੍ਰੋ ਪੰਜਾਬ ਕਹਾਉਂਦੇ ਸੀਗੇ ਉਹ ਅੱਜ ਕੱਲ ਪ੍ਰੋ ਕੀ ਨੇ ਉਹ ਪ੍ਰੋ ਆਪ ਹੋਏ ਹੋਏ ਨੇ ਉਹ ਫਿਰ ਜਾ ਕੇ ਇਸ ਤਰ੍ਹਾਂ ਸ਼ਰਾਬ ਦੀਆਂ ਫੈਕਟਰੀਆਂ ਦੀ ਐਡ ਵੀ ਦੇਣੀ ਹੈਗੀ ਆ ਫਿਰ ਉਹਨਾਂ ਨੂੰ ਤੁਸੀਂ ਕਵਰ ਥੋੜੋ ਕਰੋਗੇ ਉੱਥੇ ਪ੍ਰੋਟੈਸਟ ਹੁੰਦੇ ਹੁੰਦੇ ਜਿਹੜੀ ਲੜਾਈ ਬਰਿੰਦਰ ਸਿੰਘ ਹਮਦਰਦ ਹੁਣੇ ਲੜ ਰਹੇ ਹੈਗੇ ਨੇ ਉਹਨਾਂ ਲਈ ਫਿਰ ਬਜਿੰਦਰ ਸਿੰਘ ਹਮਦਰਦ ਮੂਰੇ ਵੀ ਸਵਾਲ ਬਹੁਤ ਸਾਰੇ ਹੈਗੇ ਨੇ ਪਹਿਲੀ ਗੱਲ ਗੱਲ ਤਾਂ ਹੈਗੀ ਹੈ ਕਿ ਸੱਚੀ ਮੁੱਝੀ ਤੁਸੀਂ মিডিਆ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹੈਗੇ ਹੋ ਤੇ ਤੁਹਾਡਾ ਇਸ਼ਤਿਹਾਰ ਬੰਦ ਹੋਇਆ ਉਹਦਾ ਇੱਕ ਵੱਖਰੀ ਲੜਾਈ ਹੋ ਸਕਦੀ ਹੈ ਪਰ ਤੁਸੀਂ ਤਾਂ ਜਿਹੜਾ ਮੇਰਾ ਉਹ ਆਜ਼ਾਦੀ ਜਾਦਗਰ ਵਾਲੀ ਜਿਹੜੀ ਹੈਗੀ ਹੈ ਜਿਹਦੇ ਤੁਸੀਂ ਸਰਪ੍ਰਸਤ ਸੀਗੇ ਉਹਦੇ ਤੇ ਤੁਹਾਡੀ ਜਾਂਚ ਸ਼ੁਰੂ ਹੋ ਰਹੀ ਹੈ ਤੁਸੀਂ ਉਹ ਜਾਂਚ ਲਈ ਸਹਿਯੋਗ ਵੀ ਨਹੀਂ ਕਰ ਰਹੇ ਹੈਗੇ ਤੁਸੀਂ ਉਹਨੂੰ মিডিਆ ਦਾ ਮੁੱਦਾ ਬਣਾ ਰਹੇ ਹੈਗੇ ਹੋ ਜਿਵੇਂ ਤੁਸੀਂ ਲੜ ਰਹੇ ਹੋ ਵੀ ਵੱਖ-ਵੱਖ ਪਾਰਟੀਆਂ ਦੇ ਲੀਡਰ ਇਕੱਠੇ ਕਰ ਲਓ ਜੀ ਫਲਾਣਾ ਕਰ ਲਿਆ ਮੈਨੂੰ ਇਹ ਦੱਸੋ ਕਿ ਬਖ ਬਖ ਪਾਰਟੀਆਂ ਜਿਹੜੀਆਂ ਤੁਸੀਂ ਇਕੱਠੀਆਂ ਵੀ ਕਰ ਰਹੇ ਹੋ ਉਹਨਾਂ ਨੇ ਕਦੋਂ ਕਦੋਂ মিডিਆ ਦੀ ਸੱਚੀ ਆਜ਼ਾਦੀ ਦੀ ਲੜਾਈ ਲੜੀ ਹੈ ਅਕਾਲੀ ਦਲ ਨੇ ਲੜੀ ਹੈ ਅਕਾਲੀ ਦਲ ਨੇ ਤਾਂ ਕਿੰਨੇ ਮੀਡੀਆਦਾਰਿਆਂ ਨੂੰ ਬੰਦ ਕੀਤਾ ਇੱਕ ਕੈਟਾਗਰੀ ਉਹ ਜਿਨ੍ਹਾਂ ਨੂੰ ਪਿੱਛੋਂ ਖਾਲਸਤਾਨੀ ਜਿਹੜੀ ਕੋਈ ਫੰਡਿੰਗ ਹੁੰਦੀ ਆ ਹੁਣ ਸਾਨੂੰ ਨਹੀਂ ਪਤਾ ਹੁਣ ਖਾਲਸਤਾਨੀਆਂ ਵਿੱਚ ਵੀ ਕਈ ਸਰੀਆਂ ਕੈਟਾਗਰੀਆਂ ਨੇ ਇੱਕ ਉਹ ਕੈਟਾਗਰੀ ਆ ਜਿਹੜੀ ਕਹਿੰਨ ਨੂੰ ਖਾਲਸਤਾਨੀਆਂ ਪਿੱਛੋਂ ਜਿਹੜਾ ਉਹ ਕੰਮ ਜਿਹੜਾ ਸਾਰਾ ਉਹ ਮੋਦੀ ਸਰਕਾਰ ਦੇ ਜਿਹੜਾ ਇੱਕ ਨੈਰੇਟਿਵ ਨੂੰ ਹੀ ਫੋਲੋ ਕਰ ਰਹੀ ਹੈਗੀ ਆ ਅੱਛਾ ਉਹਦੇ ਵਿੱਚੋਂ ਇੱਕ ਹੋਰ ਪੱਤਰਕਾਰ ਵੀ ਹੋ ਆ ਗਏ ਜਿਹਨੂੰ ਲਠ ਮਾਰ ਪੱਤਰਕਾਰ ਕਹਿੰਨੇ ਜਿਨ੍ਹਾਂ ਦਾ ਕੰਟਰੋਲ ਕਰਨਾ ਗਾਲਾਂ ਕੱਢਣੀਆਂ ਹੋ ਗਈਆਂ ਉਹ ਕਿਸਾਨ ਅੰਦੋਲਨ ਦੌਰਾਨ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਵੀ ਥੋੜਾ ਜਿਹਾ ਅਸੀਂ ਅੰਦੋਲਨ ਚੱਲੂਗਾ ਉੱਥੇ ਅਸੀਂ ਫੇਰ ਫੇਰ ਇਦਾਂ ਹੀ ਕਰਾਂਗੇ ਫਿਰ ਫਿਰ ਜਿਵੇਂ ਅੱਜਕੱਲ ਮੋਦੀ ਨਹੀਂ ਕਰਦਾ ਵੀ ਮੈਂ ਤਾਂ ਲੁੱਟਿਆ ਗਿਆ ਮੈਂ ਤਾਂ ਕੁੱਟਿਆ ਗਿਆ ਫਿਰ ਉਹ ਵੀ ਫਲਾਣੇ ਲੀਡਰ ਨੇ ਮੇਰੇ 'ਤੇ ਹਮਲਾ ਕਰ ਦਿਆ ਫਲਾਣੇ ਨੇ ਆਏ ਕਰਦਾ ਫਿਰ ਉਹ ਇੰਨੇ ਜੋਗੇ ਰਹਿ ਗਏ ਨੇ ਪੱਤਰਕਾਰਾਂ ਨੂੰ ਤਾਂ ਖੁਦ ਕਹਿੰਦੇ ਵੀ ਚੰਗਾ ਲੁੱਟਮਾਰ ਕਰਕੇ ਲਿਆ ਭਾਈ ਅੱਧਾ ਹਿੱਸਾ ਤੇਰਾ ਅੱਧਾ ਹਿੱਸਾ ਮੇਰਾ ਹੋਊਗਾ ਤੇ ਉਹਦੇ ਵਿੱਚ ਫਿਰ ਤੁਸੀਂ ਸਟੋਰੀਆਂ ਥੋੜਾ ਕਢਵਾਉਂਗੇ ਤਾਂ ਹੀ ਸਾਨੂੰ ਚੀਕ ਚਿਹਾੜਾ ਕਰਨਾ ਪੈਂਦਾ ਚਾਰ ਚਾਰ ਸਫੇ ਆਪਣੇ ਭਰਨੇ ਪੈਂਦੇ ਹਾਏ ਮੈਂ ਲੁੱਟਿਆ ਗਿਆ ਹਾਏ ਮੈਂ ਲੁੱਟਿਆ ਗਿਆ ਹਾਏ ਮੈਂ ਮਰ ਗਿਆ ਹਾਏ ਮੈਂ ਮਰ ਗਿਆ ਵੀ ਜਦੋਂ ਮੀਡੀਆ ਉੱਤੇ ਗਾਜ ਡਿੱਗਦੀ ਸੀ ਉਹ ਤਾਂ ਤੁਸੀਂ ਬੋਲੇ ਨਹੀਂ ਸੀਗੇ ਅਕਾਲੀ ਦਲ ਨਾਲ ਤੁਸੀਂ ਯਾਰੀਆਂ ਵੀ ਲਾਈਆਂ ਸੈਂਟਰ ਨਾਲ ਯਾਰੀਆਂ ਵੀ ਲਾਈਆਂ ਸਹਾਇਤਾ ਵੀ ਲਈ ਹੈਗੀ ਆ ਤੇਰਾ ਮੰਨਣਾ ਕਿ ਚਾਹੇ ਕੋਈ ਅਮਰਪਾਲ ਦੇ ਪੱਖ ਦਾ ਹੋਵੇ ਚਾਹੇ ਵਿਰੋਧ ਦਾ ਹੋਵੇ ਲੇਕਿਨ ਉਹਦੀ ਆਵਾਜ਼ ਦਬਾਉਣੀ ਗਲਤ ਹੈਗੀ ਆ ਉਹ ਸੰਵਿਧਾਨਕ ਤੌਰ ਤੇ ਵੀ ਗਲਤ ਆ ਉਹ ਜਮਹੂਰੀਦ ਘਰਾਂ ਦੇ ਮਸਲੇ ਤੋਂ ਵੀ ਗਲਤ ਆ ਉਹ ਵਿਚਾਰਾਂ ਦੀ ਆਜ਼ਾਦੀ ਵਾਲੇ ਐਂਗਲ ਤੋਂ ਵੀ ਗਲਤ ਹੈਗਾ ਬਹੁਤੇ ਬੰਦੇ ਆਏ ਨੇ ਖਾਸ ਕਰਕੇ ਕਿਸਾਨ ਅੰਦੋਲਨ ਦੌਰਾਨ ਬਹੁਤ ਚਮਕਿਆ ਉਹ ਉਦੋਂ ਠੀਕ ਵੀ ਸੀਗਾ ਉਦੋਂ ਕੀ ਹੋਇਆ ਕਿ ਜਦੋਂ ਨੈਸ਼ਨਲ মিডিਆ ਕਾਊਂਟਰ ਕਰ ਰਿਆ ਸੀ ਪੰਜਾਬ ਦੇ ਕਿਸਾਨਾਂ ਨੂੰ ਨਵੇਂ-ਨਵੇਂ ਢੰਗ ਨਾਲ ਕਦੇ ਖਾਲਸਤਾਨੀ ਕਹ ਕੇ ਕਦੇ ਮਾਓਵਾਦੀ ਕਹ ਕੇ ਉਦੋਂ ਇਹਨਾਂ ਨੇ ਠੀਕਾ ਮੁਕਾਬਲਾ ਕੀਤਾ ਉਹਦੇ ਵਿੱਚ ਕੋਈ ਦੋਰਾਏ ਨਹੀਂ ਹੈਗਾ ਫਿਰ ਅੱਜ ਕੱਲ ਜਿਹੜਾ ਨਵਾਂ মিডিਆ ਆ ਗਿਆ ਉਹ ਹਰੇਕ ਦੇ ਮੂੰਹ ਦੇ ਵਿੱਚ ਮਾਈਕ ਟੰਨ ਦੇਣਾ ਵੀ ਪੰਜਾਬ ਦੇ ਵਿੱਚ ਫਿਰ ਦੋ ਤਿੰਨ ਹੀ ਉਹਨਾਂ ਨੇ ਬੰਦੇ ਲੱਬੇ ਹੋਏ ਨੇ ਜਿਹੜੇ ਮੰਦਰ ਬੰਦੇ ਮੈਨੂੰ ਲੱਗਦਾ ਵੀ ਮਰਦਾਨਾ ਕਮਜ਼ੋਰੀ ਤੋਂ ਲੈ ਕੇ ਇੰਟਰਨੈਸ਼ਨਲ ਪੋਲਿਟਿਕਸ ਤੱਕ ਇਹਨਾਂ ਤੋਂ ਹੀ ਵਿਚਾਰ ਲੈਣੇ ਹੈਗੇ ਨੇ ਮੀਡੀਆ ਦਾ ਕੰਮ ਖਬਰ ਦੇਣਾ ਨਹੀਂ ਖਬਰ ਦੇ ਨਾਲ ਨਾਲ ਖਬਰ ਲੈਣੀ ਵੀ ਹੈਗੀ ਆ ਖਬਰ ਦੀ ਖਬਰ ਲੈਣੀ ਵੀ ਹੈ ਭਾਈ ਇਹ ਸ਼ੌਕ ਆ ਤੁਹਾਨੂੰ ਤਾਂ ਫਿਰ ਕਬੂਤਰ ਪਾਲ ਲਓ ਪੱਤਰਕਾਰੀ ਸ਼ੌਕ ਨਹੀਂ ਪੱਤਰਕਾਰੀ profession ਆ ਪੱਤਰਕਾਰੀ ਜਨੂਨ ਹੈਗੀ ਆ ਅੱਜ ਅੱਜ ਵੀ ਵਾਲੀ ਜਿਹੜੀ ਮੌਜੂਦਾ ਹਕੂਮਤ ਆ ਉਹਨੇ ਵੀ ਆਪਣਾ মিডিਆ ਪਾਲਿਆ ਹੋਇਆ ਉਹ ਪੰਜਾਬ ਦੇ ਇੱਕ ਗੋਦੀ মিডিਆ ਬਣ ਚੁੱਕਾ ਹੈਗਾ ਖਾਸ ਕਰਕੇ ਉਹ ਉਰੇ ਵੀ ਜਿਹੜਾ ਰੋਕਣ ਲੱਗਦੀਆਂ ਨੇ ਉਰੇ ਵੀ ਇਸ਼ਤਿਹਾਰ ਬੰਦ ਹੁੰਦੇ ਨੇ ਜੀਤ ਦੇ ਵੀ ਇਸ਼ਤਿਹਾਰ ਬੰਦ ਹੋਏ ਨੇ ਅਕਾਲੀ ਦਲ ਨੇ ਤਾਂ ਕਿੰਨੇ মিডিਆਦਾਰਿਆਂ ਨੂੰ ਬੰਦ ਕੀਤਾ ਟੀਵੀ ਚੈਨਲ ਨੂੰ ਬੰਦ ਕੀਤਾ ਕਾਂਗਰਸ ਨੇ ਅਮਰਜੈਂਸੀ ਤੱਕ ਲਾਈ ਸੀਗੀ ਅਬ ਬੀਜੇਪੀ ਜਿਹਦੇ ਅਜਕਲ ਵਰਜਨਦਸ ਸਿੰਘ ਆਮਦਾਤ ਬਹੁਤ ਨੇੜੇ ਹੋਏ ਹੋਏ ਨੇ ਕਿ ਬੀਜੇਪੀ ਨੇ ਦੇ ਖੁਦ ਗੋਦੀ ਮੀਡੀਆ ਖੜਾ ਕੀਤਾ ਪੱਤਰਕਾਰਾਂ ਦੇ ਉਤੇ ਯੂਪੀਏ ਤੱਕ ਲਗਣੀ ਹੋਰ ਸਾਰਾ ਕੁਝ ਕਰ ਰਿਹਾ ਤਾਂ ਬੀਜੇਪੀ ਕਰ ਰਹੀ ਹੈਗੀ ਆ ਤੇ ਤੀਸਰੀ ਗੱਲ ਜੇ ਤੁਸੀਂ ਸੱਚੀ ਪੱਤਰਕਾਰੀ ਦੀ ਲੜਾਈ ਲੜ ਰਹੇ ਹੋ ਮੈਨੂੰ ਇਹ ਦੱਸੋ ਅਕਾਲੀ ਦਲ ਦਾ ਰਾਜ ਰਿਹਾ ਤੁਹਾਡੀਆਂ ਨਜ਼ਦੀਕੀਆਂ ਰਹੀਆਂ ਨੇ ਅਕਾਲੀ ਦਲ ਦੇ ਨਾਲ ਅਕਾਲੀ ਦਲ ਨੇ ਜਦੋਂ ਮੀਡੀਆ ਦੀ ਸਮੇਂ-ਸਮੇਂ ਤੇ ਆਵਾਜ਼ ਕੁੱਟੀ ਹੈ ਤੁਸੀਂ ਕਦੇ ਆਵਾਜ਼ ਬੁਲੰਦ ਕੀਤੀ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਸਮਾਂ ਸੀ ਜਦੋਂ ਫਿਲਮਾਂ ਦੇ ਵਿੱਚ ਜਦੋਂ ਪੱਤਰਕਾਰ ਦਾ ਕਿਰਦਾਰ ਆਉਂਦਾ ਸੀਗਾ ਤਾਂ ਉਹਦੇ ਸਾਫ਼ ਕੁੜਤਾ ਇੱਕ ਝੋਲਾ ਹੁੰਦਾ ਸੀਗਾ ਤੇ ਜੇਬ ਦੇ ਵਿੱਚ ਕਲਮ ਹੁੰਦੀ ਸੀ ਔਰ ਬੜਾ ਧਰਮ ਇਮਾਨ ਵਾਲਾ ਬੰਦਾ ਮੰਨਿਆ ਜਾਂਦਾ ਸੀਗਾ। ਹੁਣ ਤੋਂ ਥੋੜੇ ਸਮੇਂ ਤੱਕ ਵੀ ਪੱਤਰਕਾਰਾਂ ਦੀ ਸ਼ਬੀ ਇਹੀ ਸੀ ਸਮਾਜ ਦੇ ਵਿੱਚ ਪਰ ਹੌਲੀ-ਹੌਲੀ ਪੱਤਰਕਾਰ ਹੀ ਆਪਣੀ ਕ੍ਰੈਡੀਬਿਲਟੀ ਗਵਾ ਰਹੀ ਆ। ਇਤੋਂ ਤੱਕ ਕਿ ਪੱਤਰਕਾਰਾਂ ਨੂੰ ਬਲੈਕ ਮੈਲਰਾਂ ਨਾਲ ਵੀ ਮੇਲਿਆ ਜਾ ਰਿਹਾ। ਤਾਂ ਪੱਤਰਕਾਰੀ ਆਪਦੀ ਕ੍ਰੈਡੀਬਿਲਟੀ ਗਵਾ ਕਿਉਂ ਰਹੀ ਆ ਪੱਤਰਕਾਰ ਦਾ ਕੰਮ ਕੀ ਹੁੰਦਾ ਉਸ ਚੱਜੇ ਢੰਗ ਨਾਲ ਦਾ ਕੰਮ ਕਿਵੇਂ ਕਰੇ ਪੰਜਾਬੀ ਮੀਡੀਆ ਬਾਰੇ ਪੰਜਾਬੀ ਪੱਤਰਕਾਰੀ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜਕੱਲ ਚਰਚਾ ਛਿੜੀ ਹੋਈ ਆ ਅਜੀਤ ਅਦਾਰਾ ਤੇ ਸਰਕਾਰ ਆਹਮੋ ਸਾਹਮਣੇ ਆ ਤਾਂ ਪੰਜਾਬੀ ਪੱਤਰਕਾਰੀ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਆ ਆਪਾਂ ਉੱਤੇ ਸਾਰੇ ਕਾਸੇ ਤੇ ਭਾਵੇਂ ਕੋ ਸੋਸ਼ਲ ਮੀਡੀਆ ਭਾਵੇਂ ਉਹ ਪ੍ਰਿੰਟ ਦੀ ਪੱਤਰਕਾਰੀ ਆ ਭਾਵੇਂ ਟੀਵੀ ਦੀ ਪੱਤਰਕਾਰੀ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸ਼ੇਵਿੰਦਰ ਜੀ ਨੇ ਸਰ ਸਵਾਗਤ ਹੈ ਜੀ ਬਹੁਤ ਬਹੁਤ। ਸ਼ੁਕਰੀਆ ਜੀ ਸਾਹਿਬ ਮਿਹਰਬਾਨੀ। ਜਿਵੇਂ ਜੀ ਆਪਾਂ ਗੱਲ ਸ਼ੁਰੂਆਤ ਇੱਥੋਂ ਹੀ ਕਰ ਲੈਨੇ ਆ ਕਿ ਪੱਤਰਕਾਰ ਦਾ ਕੰਮ ਕੀ ਹੁੰਦਾ? ਇੱਕ ਆਮ ਸਧਾਰਨਤਾ ਇਹ ਹੀ ਆ ਵੀ ਜਾਣਕਾਰੀ ਪਹੁੰਚਦੀ ਕਰਨੀ, ਖ਼ਬਰਾਂ ਪਹੁੰਚਦੀਆਂ ਕਰਨੀਆਂ। ਪਰ ਇਸ ਤੋਂ ਵੀ ਅੱਗੇ ਇੱਕ ਪੱਤਰਕਾਰ ਦਾ ਕੰਮ ਕੀ ਹੁੰਦਾ? ਸਾਹਲ ਮੇ ਕੰਮ ਤੋਂ ਹੋਂ ਤੋਂ ਪਹਿਲਾਂ ਜਿਹੜੀ ਤੁਸੀਂ ਭੂਮਿਕਾ ਬੰਨੀ ਆ ਇੰਟਰੋ ਦਿੱਤੀ ਹੈ ਮੈਂ ਇੰਟਰੋ ਤੋਂ ਹੀ ਗੱਲ ਸ਼ੁਰੂ ਕਰ ਲੈਣਾ ਹੈਗਾ ਕਿ ਉਹ ਹੈਗਾ ਕਿ ਆਮ ਤੌਰ ਦੇ ਉੱਤੇ ਜਦੋਂ ਅਸੀਂ মিডিਆ ਬਾਰੇ ਗੱਲ ਕਰਦੇ ਆ ਮੈਨੂੰ ਲੱਗਦਾ ਵੀ ਪਹਿਲੇ 2-3 ਨੁਕਤੇ ਨੇ ਉਹ ਕਾਫੀ ਧਿਆਨ ਚ ਰੱਖਣੇ ਜ਼ਰੂਰੀ ਹੈਗੇ ਨੇ ਜਿਨ੍ਹਾਂ ਜਿੱਕਰ ਆਪਾਂ ਉਹ ਨੁਕਤਿਆਂ ਦੇ ਰੂਬਰੂ ਨਹੀਂ ਹੁੰਦੇ ਹੈਗੇ ਜਾਂ ਉਹਨਾਂ ਨੂੰ ਸਹੀ ਜਾਂ ਗਲਤ ਨਹੀਂ ਸਾਬਤ ਕਰਦੇ ਉਹਨਾਂ ਜਿੱਕਰ ਅੱਗੇ ਗੱਲ ਤੋਰਨੀ ਥੋੜੀ ਮੁਸ਼ਕਲ ਹੋ ਜਾਂਦੀ ਹੈ ਪਹਿਲੀ ਗੱਲ ਤਾਂ মিডিਆ ਦੀ ਗੱਲ ਕਰਦੇ ਆ ਜਦੋਂ ਅਸੀਂ ਸ਼ਬਦ মিডিਆ ਵਰਤਦੇ ਆ ਕੀ ਸੱਚਮੁੱਚ ਅਸੀਂ মিডিਆ ਬਾਰੇ ਗੱਲ ਕਰ ਰਹੇ ਹੁੰਦੇ ਆ ਕਿ ਨਹੀਂ ਗੱਲ ਕਰ ਰਹ ਕੇ ਜੇ ਅਸੀਂ ਮੋٹے ਤੌਰ ਤੇ ਦੇਖੀਏ ਭਾਰਤ ਦੇ ਵਿੱਚ ਜਿਹੜੇ ਰਜਿਸਟਰਡ ਅਖਬਾਰ ਨੇ ਉਹ 1 ਲੱਖ ਤੋਂ ਉੱਪਰ ਗਿਣਤੀ ਵਿੱਚ ਨੇ 550 ਦੇ ਕਰੀਬ ਰੇਡੀਓ ਹੋਗੇ 900 ਦੇ ਕਰੀਬ ਟੀਵੀ ਹੋਗੇ ਨੇ ਜਿਹੜੇ ਚੱਲਦੇ ਨੇ ਪਰ ਜਦੋਂ ਅਸੀਂ মিডিਆ ਬਾਰੇ ਗੱਲ ਕਰਦੇ ਹਾਂ ਤੁਸੀਂ ਖੁਦ ਕਲਪਨਾ ਕਰਕੇ ਦੇਖੋ ਸਾਡੇ ਜ਼ੇਹਨ ਦੇ ਵਿੱਚ ਪੰਜ-ਛੇ ਅਖਬਾਰ ਹੋਣਗੇ ਪੰਜ-ਛੇ ਟੀਵੀ ਹੋਣਗੇ ਪੰਜ-ਛੇ ਵੈਬਸਾਈਟਸ ਵਗੈਰਾ ਹੋਣਗੀਆਂ ਤੇ ਜਦ ਕਿ ਵੈਬਸਾਈਟਸ ਤਾਂ ਮੈਨੂੰ ਵੀ ਨਹੀਂ ਪਤਾ ਕਿੰਨੀਆਂ ਹੈਗੀਆਂ ਨੈਚੁਰਲ ਅੱਛਾ ਲੇਕਿਨ ਅਸੀਂ ਨਹੀਂ ਗੱਲ ਕਰ ਰਹੇ ਹੁੰਦੇ ਤੇ ਅੱਛਾ ਜਿਹੜੇ ਅਖਬਾਰ ਨੇ ਉਹਨਾਂ ਅਖਬਾਰਾਂ ਵਿੱਚੋਂ ਬਹੁਤੇ ਅਖਬਾਰ ਨੇ ਬਹੁਤ ਸਾਰੇ ਐਡੀਸ਼ਨ ਵਾਲੇ ਹੈਗੇ ਨੇ ਕਈ ਬਹੁਤ ਪਛਾਈ ਹੈਗੇ ਨੇ ਪਰ ਕੀ ਅਸੀਂ ਸਭ ਦੀ ਗੱਲ ਕਰ ਰਹੇ ਹੁੰਦੇ ਜੇ ਨਹੀਂ ਕਰ ਰਹੇ ਫਿਰ ਸਾਨੂੰ ਸੋਚਣਾ ਪਏਗਾ ਵੀ ਇਹ ਕੀ ਅਸੀਂ ਇਹ ਸਿਰਫ ਤੇ ਸਿਰਫ ਮੀਡੀਆ ਦੀ ਗੱਲ ਕਰ ਰਹੇ ਹਾਂ ਜਾਂ ਕੁਝ ਚੰਦ ਘਰਾਣਿਆਂ ਦੇ ਵਪਾਰ ਦੀ ਗੱਲ ਕਰ ਰਹੇ ਹਾਂ ਵੀ ਉਹ ਕੀ ਕਰ ਰਹੇ ਨੇ ਆਪਣੇ ਵਪਾਰ ਨੂੰ ਵਧਾਉਣ ਲਈ ਕੀ ਨਹੀਂ ਕਰ ਰਹੇ ਨੰਬਰ 1 ਨੁਕਤਾ ਦੂਜਾ اسی ਇੰਟਰਵਿਊ ਜਿਹੜੀ ਤੁਸੀਂ ਗੱਲ ਕਹੀ ਸੀ ਉਹਦੇ ਵੀ ਉਹਨੂੰ ਵੀ ਥੋੜਾ ਜਿਹਾ ਝਾੜਨ ਦੀ ਲੋੜ ਹੈਗੀ ਆ ਵੀ ਅਸੀਂ ਕਹਿੰਦੇ ਵੀ ਇੱਕ ਮੀਡੀਆ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਹੁਣ ਬਹੁਤ ਮਾੜਾ ਹੋ ਗਿਆ ਮੈਨੂੰ ਲੱਗਦਾ ਵੀ ਸਵਰਨ ਕਾਲ ਕਦੇ ਨਹੀਂ ਹੁੰਦਾ ਕੋਈ ਜਿੰਨੋਂ ਬਸ ਸੁਨਹਿਰੀ ਕਾਲ ਕਹਿੰਦੇ ਆ ਵੀ ਇੰਦਾ ਨਹੀਂ ਹੁੰਦਾ ਹੈਗਾ ਵੀ ਜਾਂ ਤਾਂ ਬਹੁਤ ਤੰਦੂਕਾਰੇ ਵਾਲਾ ਹੁੰਦਾ ਹੋਵੇ ਕੋਈ ਕਾਲ ਕੋਈ ਬਹੁਤ ਸ਼ਾਹਕਾਰ ਹੋਵੇ 아니 ਜੇ ਆਪਾਂ ਆਜ਼ਾਦੀ ਮੂਵਮੈਂਟ ਦੀ ਗੱਲ ਕਰੀਏ ਉਹਦੇ ਵਿੱਚ ਵੀ ਤਿੰਨ ਤਰ੍ਹਾਂ ਦਾ ਵੀਡੀਓ ਸਾਨੂੰ ਦਿਖਦਾ ਸੀਗਾ ਇੱਕ ਤਾਂ ਉਹ ਸੀਗਾ ਜਿਹੜਾ ਅੰਗਰੇਜ਼ਾਂ ਦਾ ਛੱਟੂਕਾਰ ਸੀਗਾ ਦੂਜਾ ਉਹ ਸੀ ਜਿਹੜਾ ਦਾਵਾ ਕਰਦਾ ਸੀਗਾ ਕਿ ਉਹ ਆਜ਼ਾਦੀ ਲੜਨ ਵਾਲਿਆਂ ਵਿੱਚ ਵੀ ਦੋ ਤਰ੍ਹਾਂ ਦਾ মিডিਆ ਸੀਗਾ ਇੱਕ ਤਾਂ ਉਹ মিডিਆ ਸੀ ਜਿਨ੍ਹਾਂ ਨੂੰ ਲੱਗਦਾ ਸੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਾਡੇ ਜਿਹੜੇ ਹਿੱਤ ਨੇ ਉਹ ਭਾਰਤੀ ਪੂੰਜੀ ਵਿੱਚ ਸੁਰੱਖਿਅਤ ਰਹਿ ਜਾਣਗੇ ਉਹ ਅਸੀਂ ਦੇਖਿਆ ਵੀ ਹੈ ਬਾਅਦ ਵਿੱਚ ਅਖਬਾਰਾਂ ਨੇ ਇਸਟੈਬਲਿਸ਼ਮੈਂਟ ਨਾਲ ਆੜੀ ਪਾਈ ਹੈ ਇੱਕੋ ਸੀ ਜਿਹੜੇ ਸੱਚੀ ਮੂਚੀ ਆਜ਼ਾਦੀ ਮੂਵਮੈਂਟ ਦੀ ਲੜਾਈ ਲੜ ਰਹੇ ਸੀਗੇ ਜਿਵੇਂ ਆਪਾਂ ਪੰਜਾਬੀ ਵਿੱਚ ਕਹਿਣਾ ਹੋਵੇ ਗਦਰ ਅਖਬਾਰ ਜੋਹਰਪੁਰ ਸ਼ਾਮਾਜਵੀ ਸੀ ਆਪਣੀ ਪੰਜਾਬੀ ਚ ਵੀ ਸੀਗਾ ਸੁਦੇਸ਼ ਤੇ ਵਿਕ ਜਾਂ ਦੇਸ਼ ਤੇ ਵਿਕ ਅਖਬਾਰ ਜਿਹੜਾ ਕਿ ਜਲੰਧਰ ਤੋਂ ਦੇ ਕੈਨੇਡਾ ਤੋਂ ਛਪਦਾ ਹੁੰਦਾ ਸੀਗਾ ਇਹ ਅਖਬਾਰ ਸੱਚੀ ਮੁੱਚੀ ਜੱਕਰਤੀ ਵਰਗੇ ਪਰਚੇ ਸੀਗੇ ਇਹ ਸੱਚੀ ਮੁੱਚੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਲੜਦੇ ਸੀ ਇਸ ਤਰ੍ਹਾਂ ਉਦੋਂ ਵੀ ਮੀਡੀਆ ਇਸ ਤਰ੍ਹਾਂ ਸੀਗਾ ਇੱਕ ਤੀਜੀ ਚੀਜ਼ ਜਿਹੜੀ ਨੋਟ ਕਰਨ ਵਾਲੀ ਆ ਵੀ ਅਸੀਂ ਆਮ ਤੌਰ ਦੇ ਉੱਤੇ ਕਹਿੰਨੇ ਵੀ ਅਖਬਾਰ ਨੇ ਤਰੱਕੀ ਕਰ ਲਈ ਮੀਡੀਆ ਨੇ ਤਰੱਕੀ ਕਰ ਲਈ ਟੀਵੀ ਆ ਗਿਆ ਜੀ ਰੇਡੀਓ ਆ ਗਿਆ ਜੀ ਇਹ ਤਕਨੀਕ ਇਹ ਤਕਨੀਕ ਵਿਕਸਿਤ ਹੋ ਰਹੀ ਆ ਮੀਡੀਆ ਨਹੀਂ ਵਿਕਸਿਤ ਹੋ ਰਿਹਾ ਹੈਗਾ ਤਕਨੀਕ ਦੇ ਵਿਕਾਸ ਤੇ ਮੀਡੀਆ ਦੇ ਵਿਕਾਸ ਦੇ ਵਿੱਚ ਫਰਕ ਹੈ ਇਹ ਦੋ ਤਿੰਨ ਸਵਾਲਾਂ ਦੇ ਰੋਬਰੂ ਹੋਣਾ ਬਹੁਤ ਜ਼ਰੂਰੀ ਹੈਗਾ ਹੁਣ ਆ ਜੰਨੇ ਆ ਤੁਹਾਡੇ ਵਾਲੇ ਸਵਾਲ ਦੇ ਉੱਤੇ ਕੀ মিডিਆ ਦਾ ਕੰਮ ਸੂਚਨਾ ਦੇਣਾ ਹੈਗਾ ਇਹ ਆਮ ਤੌਰ ਤੇ ਕਿਹਾ ਜਾਂਦਾ ਵੀ মিডিਆ ਦਾ ਕੰਮ ਸੂਚਨਾ ਦੇਣਾ ਜੀ ਉਹ ਮੀਡੀਏਟਰ ਆ ਫਲਾਣਾ ਢਿੰਗੜਾ ਪਹਿਲੀ ਗੱਲ ਇਹ ਹੈਗੀ ਕਿ ਜੇ ਸੂਚਨਾ ਹੀ ਦੇਣਾ ਤਾਂ ਸੂਚਨਾ ਦੇਣ ਦਾ ਕੰਮ ਤਾਂ ਸਰਕਾਰ ਦੇ ਵਿਭਾਗਾਂ ਕਰੀ ਜਾ ਰਹੇ ਨੇ ਪ੍ਰੋਪਗੈਂਡਾ ਵਿਭਾਗਾਂ ਜਿਹਨੂੰ ਆਪਾਂ ਸੂਚਨਾ ਵਿਭਾਗ ਮੰਨਦੇ ਆ ਇੱਕ ਸਮੇਂ ਪ੍ਰੋਪਗੈਂਡਾ ਵਿਭਾਗਾਂ ਵੀ ਕਹੇ ਹੁੰਦੇ ਸੀ ਸਰਕਾਰ ਦਾ ਇਹ ਕਰੀ ਜਾ ਰਿਹਾ ਹੈਗਾ মিডিਆ ਦਾ ਕੰਮ ਖਬਰ ਦੇਣਾ ਨਹੀਂ ਖਬਰ ਦੇ ਨਾਲ ਨਾਲ ਖਬਰ ਲੈਣੀ ਵੀ ਹੈਗੀ ਆ ਖਬਰ ਦੀ ਖਬਰ ਲੈਣੀ ਵੀ ਹੈ ਖਬਰ ਖਬਰ ਕੱਢਣੀ ਵੀ ਹੈਗੀ ਆ ਉਹਨਾਂ ਲੋਕਾਂ ਤੱਕ ਦੀ ਵੀ ਖਬਰ ਲੈਣੀ ਆ ਜਿਨ੍ਹਾਂ ਦੀਆਂ ਹਾਲਤਾਂ ਵਿੱਚ ਜਿਹੜਾ ਹੈਗਾ ਤੇ ਸਰਕਾਰ ਦੀ ਨਿਗਾਹ ਤੱਕ ਨਹੀਂ ਜਾਂਦੀ ਹੈਗੀ ਆ ਤੇ ਸਰਕਾਰ ਨੂੰ ਲਗਾਤਾਰ ਕੁਐਸਚਨ ਕਰਨੇ ਹੈਗੇ ਨੇ ਉਹਨਾਂ ਦੇ ਮੁੱਦਿਆਂ ਦੇ ਉੱਤੇ ਉਹ মিডিਆ ਦਾ ਕੰਮ ਹੈਗਾ ਜਸਟ ਇਹ ਨਹੀਂ ਹੈਗਾ ਕਿ ਉਹ ਵੀ ਉਹ ਸਿਰਫ মিডিਆ ਜਿਹੜਾ ਹੈਗਾ ਵੀ ਆਪਣਾ ਇਦਾਂ ਹੀ ਵੀ ਸਰਕਾਰ ਦੀ ਖ਼ਬਰੀ ਦਈ ਜਾਊਗਾ ਜਿਵੇਂ ਇੱਕ ਇੱਕ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਈ ਵਾਰ ਮੈਨੂੰ ਵੀ ਕਹਿੰਦੇ ਹੁੰਦੇ ਆ ਵੀ ਤੁਸੀਂ ਨੈਗੇਟਿਵ ਖ਼ਬਰਾਂ ਹੀ ਕਹਿੰਦੇ ਹੋ ਹੋ ਜੀ ਤੁਸੀਂ ਪੋਜ਼ਿਟਿਵ ਖਬਰਾਂ ਕਿਉਂ ਨਹੀਂ ਦਿੰਦੇ ਮੈਂ ਕਹਿੰਦਾ ਵੀ ਨੈਗੇਟਿਵ ਪੋਜ਼ਿਟਿਵ ਦਾ ਕੁਝ ਨਹੀਂ ਹੁੰਦਾ ਜੇ ਤੈਨੂੰ ਪੋਜ਼ਿਟਿਵ ਲੱਗਦਾ ਪੋਜ਼ਿਟਿਵ ਖਬਰ ਹੀ ਲੈਣੀ ਆ ਫਿਰ ਤੁਸੀਂ ਮੇਰੇ ਤੋਂ ਕੰਮ ਕਿਉਂ ਲੈਣੇ ਹੋ ਫਿਰ ਤੁਸੀਂ ਪੰਜਾਬ ਸਰਕਾਰ ਦਾ ਸੂਚਨਾ ਮਹਿਕਮਾ ਵਾ ਭਾਰਤ ਸਰਕਾਰ ਦਾ ਉਹਦੇ ਤੋਂ ਲਈ ਜਾਓ ਪੋਜ਼ਿਟਿਵ ਵੀ ਪੋਜ਼ਿਟਿਵ ਖਬਰਾਂ ਨਹੀਂ ਸਾਰੀਆਂ ਇਸ ਲਈ ਖਬਰ ਖਬਰ ਹੁੰਦੀ ਆ ਉਹ ਕੋਈ ਨੈਗੇਟਿਵ ਪੋਜ਼ਿਟਿਵ ਨਹੀਂ ਹੁੰਦੀ ਸਵਾਲ ਇਹ ਹੈਗਾ ਕਿ ਕੀ ਉਹ ਖਬਰ ਲੋਕ ਸੁਰੱਖਿਆ ਨਾਲ ਹੈਗੀ ਹੈ ਜੁੜੀ ਹੋਈ ਹੈ ਕਿ ਨਹੀਂ ਜੁੜੀ ਹੋਈ ਇਹ ਇਹ ਮੇਨ ਸਵਾਲ ਹੈ ਜਿਵੇਂ ਅੱਜ ਪੰਜਾਬੀ ਪੱਤਰਕਾਰੀ ਬਾਰੇ ਬਹੁਤ ਚਰਚਾ ਹੋ ਰਹੀ ਹੈ ਜੀ ਪੰਜਾਬ ਸਰਕਾਰ ਤੇ ਅਜੀਤ ਅਦਾਰਾ ਉਹਨਾਂ ਦੇ ਆਪ ਚ ਸਿੰਘ ਫਸੇ ਹੋਏ ਨੇ ਤਾਂ ਕੀ ਪੰਜਾਬ ਦੀ ਪੱਤਰਕਾਰੀ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਖਬਰਾਂ ਕੱਢ ਕੇ ਲੈ ਕੇ ਆ ਰਹੀ ਹੈ ਜਿਹੜੇ ਜਿਹਨਾਂ ਸੱਚੀ ਜਿਹਨਾਂ ਲੋਕਾਂ ਦਾ ਸਰਕਾਰ ਹੈਗਾ ਦੇਖੋ ਇੱਕ ਤਾਂ ਪੰਜਾਬ ਦੀ ਪੱਤਰਕਾਰੀ ਦੀ ਨਾ ਬਹੁਤ ਵੱਡਾ ਇੱਕ ਸਮੱਸਿਆ ਰਹੀ ਹੈਗੀ ਆ ਉਹ ਪੰਜਾਬ ਦੀ ਪੱਤਰਕਾਰੀ ਜਿਹੜੀ ਹੈਗੀ ਆ ਉਹ ਕਦੇ ਵੀ ਪ੍ਰੋਫੈਸ਼ਨਲ ਲੀਹਾਂ ਤੇ ਹਾਲੇ ਤੱਕ ਨਹੀਂ ਚੱਲ ਪਾਈ ਉਹ ਦੋ ਤਿੰਨ ਚੀਜ਼ਾਂ ਚ ਕਨਫਿਊਜ਼ ਰਹੀ ਆ ਇੱਕ ਤਾਂ ਜੀ ਉਹਨਾਂ ਦਾ ਹੋ ਰਹੀ ਹੈ ਵੀ ਮੇਰਾ ਸ਼ੌਕ ਹੈ ਪੱਤਰਕਾਰੀ ਕਰਨਾ ਹੋਣੇ ਸ਼ੌਕ ਆ ਸ਼ੌਕ ਵਾਲਾ ਬੰਦਾ ਕਦੇ ਪੱਤਰਕਾਰੀ ਨਹੀਂ ਕਰ ਪਾਏਗਾ ਜਿਵੇਂ ਹਰਪੱਤ ਜਨਹਲਵਾਰ ਵੀ ਕਹਿੰਦੇ ਹੁੰਦੇ ਸੀਗੇ ਪੰਜਾਬੀ ਟ੍ਰਿਬਿਊਨ ਦੇ ਬਹੁਤ ਲੰਮਾ ਸਮਾਂ ਸੰਪਾਦਕ ਰਹੇ ਨੇ ਵੀ ਭਾਈ ਜੇ ਸ਼ੌਕ ਆ ਤੁਹਾਨੂੰ ਤਾਂ ਫਿਰ ਕਬੂਤਰ ਪਾਲ ਲਓ ਪੱਤਰਕਾਰੀ ਸ਼ੌਕ ਨਹੀਂ ਪੱਤਰਕਾਰੀ ਪ੍ਰੋਫੈਸ਼ਨ ਹੈ ਪੱਤਰਕਾਰੀ ਜਨੂਨ ਹੈਗੀ ਹੈ ਦੂਜਾ ਹੈਗਾ ਵੀ ਮੇਰਾ ਮਿਸ਼ਨ ਹੈ ਜੀ ਮਿਸ਼ਨ ਵਾਲਾ ਬੰਦਾ ਵੀ ਸ਼ਾਇਦ ਉਸ ਤਰ੍ਹਾਂ ਨਹੀਂ ਕੰਮ ਕਰੇਗਾ ਉਹਦੀ ਕਸੀਮਤਾ ਹੀ ਹੋ ਸਕਦੀ ਹੈਗੀ ਕਿਉਂਕਿ ਉਹ ਮਿਸ਼ਨ ਲੈ ਕੇ ਕੋਈ ਚੱਲ ਰਿਹਾ ਹੈਗਾ ਫਿਰ ਦੀਜਾ ਜਾਂਦਾ ਵੀ ਪ੍ਰੋਫੈਸ਼ਨ ਹੈ ਉਹ ਕੈਟਾਗਰੀ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਇੱਕ ਲੰਮਾ ਸਮਾਂ ਵੀ ਰਿਹਾ ਬਿਕਤੇ ਪੰਜਾਬ ਦੀ ਪੱਤਰਕਾਰੀ ਜੇ ਅਪਾ ਪੰਜਾਬੀ ਪੱਤਰਕਾਰੀ ਦੀ ਗੱਲ ਕਰੀਏ ਇੱਕ ਤਾਂ ਸਮੇਂ-ਸਮੇਂ ਉੱਤੇ ਇੱਕ ਦੌਰ ਰਿਹਾ 80 ਮਿਆਂ ਤੱਕ ਦਾ ਦੌਰ ਇਹ ਤੋਂ ਪਹਿਲਾਂ ਵਾਲਾ ਦੌਰ ਉਹ ਚਾ ਉਹਨੀਆਂ ਆਪਣੀਆਂ ਕਈ ਸਾਰੀਆਂ ਸਮੱਸਿਆਵਾਂ ਵਾਸਤੇ ਉਦੋਂ ਉੱਠ ਰਹੀ ਸੀਗੀ ਲੇਕਿਨ 80 ਦੇ ਦੌਰ ਤੋਂ ਬਾਅਦ ਪੰਜਾਬੀ ਪੱਤਰਕਾਰੀ ਕੋਲ ਇੱਕ ਟਾਈਮ ਸੀਗਾ ਵੀ ਉਹ ਆਪਣੇ ਆਪ ਨੂੰ ਇੱਕ profession ਲੀਹਾ ਦੇ ਤੌਰ ਸਕਦੀ ਸੀ ਉਹ ਤੌਰਿਆ ਨਹੀਂ ਹੈਗਾ ਉਦੋਂ ਵੀ ਉਹਨਾਂ ਨੇ ਆਪਣੇ ਉਸ ਤਰ੍ਹਾਂ ਦੀ ਘੁੰਮਣਾਂ ਚ ਰਹੀ ਜਿਹਾ establishement ਜਾਰੀ ਰਹੀ ਸਮੇ ਸਮੇਂ ਦੇ ਉੱਤੇ ਉਹਦੀ ਵੀ ਮਿਲ ਕੇ ਚੱਲਦੀ ਰਹੀ ਕਿਸੇ ਦੀ ਕੋਈ ਪਾਰਟੀ ਰਹੀ ਕਿਸੇ ਦੀ ਕੋਈ ਪਾਰਟੀ ਅੱਜ ਅੱਜ ਵੀ ਵਾਲੀ ਜਿਹੜੀ ਮੌਜੂਦਾ ਹਕੂਮਤ ਆ ਉਹਨੇ ਵੀ ਇੱਕ ਆਪਣਾ ਮੀਡੀਆ ਪਾਲਿਆ ਹੋਇਆ ਉਹ ਪੰਜਾਬ ਦੇ ਇੱਕ ਗੋਦੀ ਮੀਡੀਆ ਬਣ ਚੁੱਕਾ ਹੈਗਾ ਖਾਸ ਕਰਕੇ ਉਹ ਉਰੇ ਵੀ ਜਿਹੜਾ ਰੋਕਣ ਲੱਗਦੀਆਂ ਨੇ ਉਰੇ ਵੀ ਇਸ਼ਤਿਹਾਰ ਬੰਦ ਹੁੰਦੇ ਨੇ ਜੀਤ ਦੇ ਵੀ ਇਸ਼ਤਿਹਾਰ ਬੰਦ ਹੋਏ ਨੇ ਇੱਕ ਤੈ ਸੱਚ ਹੈਗਾ ਪਰ ਜਿਹੜੀ ਲੜਾਈ ਬਰਜਿੰਦਰ ਸਿੰਘ ਹਮਦਰਦ ਹੁਣੇ ਲੜ ਰਹੇ ਹੈਗੇ ਨੇ ਉਹਨਾਂ ਲਈ ਫਿਰ ਬਰਜਿੰਦਰ ਸਿੰਘ ਹਮਦਰਦ ਮੂਰੇ ਵੀ ਸਵਾਲ ਬਹੁਤ سارے ਹੈਗੇ ਨੇ ਪਹਿਲੀ ਗੱਲ ਗਲਤ ਹੈਗੀ ਹੈ ਕਿ ਸੱਚੀ ਮੂਜੀ ਤੁਸੀਂ মিডিਆ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹੈਗੇ ਹੋ ਤੇ ਤੁਹਾਡਾ ਇਸ਼ਤਿਹਾਰ ਬੰਦ ਹੋਇਆ ਉਹਦਾ ਇੱਕ ਵੱਖਰੀ ਲੜਾਈ ਹੋ ਸਕਦੀ ਹੈ ਪਰ ਤੁਸੀਂ ਤਾਂ ਜਿਹੜਾ ਵਿਰਾਹ ਉਹ ਆਜ਼ਾਦੀ ਜਾਦਗਰ ਵਾਲੀ ਜਿਹੜੀ ਹੈਗੀ ਹੈ ਜਿਹਦੇ ਤੁਸੀਂ ਸਰਪ੍ਰਸਤ ਸੀਗੇ ਉਹਦੇ ਤੇ ਤੁਹਾਡੀ ਜਾਂਚ ਸ਼ੁਰੂ ਹੋ ਰਹੀ ਹੈ ਤੁਸੀਂ ਉਹ ਜਾਂਚ ਲਈ ਸਹਿਯੋਗ ਵੀ ਨਹੀਂ ਕਰ ਰਹੇ ਹੈਗੇ ਤੁਸੀਂ ਉਹਨੂੰ ਮੀਡੀਆ ਦਾ ਮੁੱਦਾ ਬਣਾ ਰਹੇ ਹੈਗੇ ਹੋ ਮਤਲਬ ਆਪਣੇ ਨਿੱਜੀ ਮਸਲੇ ਨੂੰ ਤੁਸੀਂ ਮੀਡੀਆ ਦੀ ਆਜ਼ਾਦੀ ਕਹਿ ਰਹੇ ਹੋ ਦੂਜੀ ਲੜਾਈ ਇਹ ਲੜਾਈ ਐਵੇਂ ਨਹੀਂ ਲੜੀ ਜਾਂਦੀ ਹੁੰਦੀ ਜਿਵੇਂ ਤੁਸੀਂ ਲੜ ਰਹੇ ਹੋ ਵੀ ਵੱਖ-ਵੱਖ ਪਾਰਟੀਆਂ ਦੇ ਲੀਡਰ ਇਕੱਠੇ ਕਰ ਲਏ ਜੀ ਫਲਾਨਾ ਕਰ ਲਿਆ ਮੈਨੂੰ ਇਹ ਦੱਸੋ ਕਿ ਵੱਖ-ਵੱਖ ਪਾਰਟੀਆਂ ਜਿਹੜੀਆਂ ਤੁਸੀਂ ਇਕੱਠੀਆਂ ਵੀ ਕਰ ਰਹੇ ਹੋ ਉਹਨਾਂ ਨੇ ਕਦੋਂ ਕਦੋਂ ਮੀਡੀਆ ਦੀ ਸੱਚੀ ਆਜ਼ਾਦੀ ਦੀ ਲੜਾਈ ਲੜੀ ਹੈ ਅਕਾਲੀ ਦਲ ਨੇ ਲੜੀ ਹੈ ਅਕਾਲੀ ਦਲ ਨੇ ਤਾਂ ਕਿੰਨੇ ਮੀਡੀਆਦਾਰਿਆਂ ਨੂੰ ਬੰਦ ਕੀਤਾ ਕਿ ਇੱਕ ਤਾਂ ਮੈਨੂੰ ਸੋਸ਼ਲ ਮੀਡੀਆ ਤਾਂ ਬੜੀ ਦਿੱਕਤ ਆ ਸ਼ਬਦ ਤੋਂ ਕਿਉਂਕਿ ਸੋਸ਼ਲ ਕਹਦੇ ਤੁਸੀਂ ਸੋਸ਼ਲ ਹੈਗੇ ਹੋ ਤੁਸੀਂ ਸੋਸ਼ਲ ਤਾਂ ਹੈ ਨਹੀਂ ਕਿ ਸੋਸ਼ਲ ਮੈਨੇ ਸਮਾਜੀ ਹੁੰਦਾ ਨਾ ਤੁਸੀਂ ਤਾਂ ਜਿਹੜਾ ਇੱਕ ਤਰ੍ਹਾਂ ਦਾ ਉਹੀ ਕੰਮ ਕਰ ਰਹੇ ਹੈਗੇ ਹੋ ਡਿਜੀਟਲ ਫਾਰਮ ਨਾਲ ਸਿਰਫ ਥੋੜੇ ਤੁਸੀਂ ਐਂ ਕਹ ਲਓ ਮੀਡੀਆ ਨੂੰ ਵੀ ਅਪਰ ਦੋ ਟੱਗ ਨਾਲ ਰੱਖ ਸਕਦੇ ਆ ਵੀ ਇੱਕ ਤਾਂ ਵਪਾਰੀਆਂ ਦਾ ਮੀਡੀਆ ਹੋ ਗਿਆ ਇੱਕ ਤਾਂ ਲੋਕਾਂ ਦਾ ਮੀਡੀਆ ਹੋ ਗਿਆ ਲੋਕਾਂ ਦਾ ਮੀਡੀਆ ਦਿਖ ਨਹੀਂ ਰਿਹਾ ਹੈਗਾ ਟੀਵੀ ਚੈਨਲ ਨੂੰ ਬੰਦ ਕੀਤਾ ਕਾਂਗਰਸ ਨੇ ਐਮਰਜੈਂਸੀ ਤੱਕ ਲਾਈ ਸੀਗੀ ਅਬ ਬੀਜੇਪੀ ਜੀ ਹੁਣ ਅੱਜਕੱਲ ਪਰਜੰਦਰ ਸਿੰਘ ਹਮਦਰ ਬਹੁਤ ਨੇੜੇ ਹੋਏ ਹੋਏ ਨੇ ਕਿ ਬੀਜੇਪੀ ਨੇ ਦੇ ਖੁਦ ਗੋਦੀ ਮੀਡੀਆ ਖੜਾ ਕੀਤਾ ਪੱਤਰਕਾਰਾਂ ਦੇ ਉਤੇ ਯੂਏਪੀਏ ਤਾਂ ਕੱਲਗਣੀ ਹੋਰ ਸਾਰਾ ਕੁਝ ਕਰ ਰਹੀ ਤਾਂ ਬੀਜੇਪੀ ਕਰ ਰਹੀ ਹੈਗੀ ਆ ਤੇ ਤੀਸਰੀ ਗੱਲ ਜੇ ਤੁਸੀਂ ਸੱਚੀ ਪੱਤਰਕਾਰੀ ਦੀ ਲੜਾਈ ਲੜ ਰਹੇ ਹੋ ਮੈਨੂੰ ਇਹ ਦੱਸੋ ਅਕਾਲੀ ਦਲ ਦਾ ਰਾਜ ਰਿਹਾ ਤੁਹਾਡੀਆਂ ਨਜ਼ਦੀਕੀਆਂ ਰਹੀਆਂ ਨੇ ਅਕਾਲੀ ਦਲ ਦੇ ਨਾਲ ਅਕਾਲੀ ਦਲ ਨੇ ਜਦੋਂ ਮੀਡੀਆ ਦੀ ਸਮੇਂ-ਸਮੇਂ ਤੇ ਆਵਾਜ਼ ਕੁੱਟੀਏ ਤੁਸੀਂ ਕਦੇ ਆਵਾਜ਼ ਬੁਲੰਦ ਕੀਤੀ ਹੈ ਤੁਸੀਂ ਉਹਨਾਂ ਪੱਤਰਕਾਰਾਂ ਨਾਲ ਕਦੇ ਖੜੇ ਹੋ ਇਹ ਵਰਜਿੰਦਰ ਸਿੰਘ ਹਮਦਰਦ ਨੂੰ ਸਵਾਲ ਹੈਗੇ ਨੇ ਦੂਜੀ ਚੀਜ਼ ਤੁਸੀਂ ਰਾਜ ਸਭਾ ਦੀ ਮੈਂਬਰੀਆਂ ਪਿੱਛੇ ਭਾਈਦੇ ਰਹੇ ਹੋ ਰਾਜ ਸਭਾ ਦੀ ਮੈਂਬਰੀ ਮਾਣੀ ਆ ਫਿਰ ਜਦੋਂ ਛੱਡੀ ਆ ਕਿਦੇ ਲਈ ਛੱਡੀ ਸੀ ਸੁਖਵੀਰ ਬਾਦਲ ਲਈ ਛੱਡੀ ਸੀਗੀ ਫਿਰ ਤੁਹਾਨੂੰ ਕਿਵੇਂ ਕੋਈ ਮੰਨੇ ਵੀ ਤੁਸੀਂ ਮੀਡੀਆ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹੋ ਅੱਛਾ ਇਹਦੇ ਹੋਰ بڑے ਕਾਰਨ ਨੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਮੈਂ ਜਿਹੜਾ ਹੈਗਾ ਵਾ ਪੰਜਾਬ ਦੀ ਆਵਾਜ਼ ਹੈਗਾ ਵਾ ਮੈਂ ਪੰਜਾਬ ਦੇ ਮੁੱਦਿਆਂ ਲਈ ਅਜੀਤ ਅਖਬਾਰ ਦੀ ਸਾਰਾ ਕੰਮ ਕਰਦਾ ਹੁਣ ਦੋ ਦਿਨਾਂ ਦਾ ਇਸ਼ੂ ਨਹੀਂ ਬਈ ਮੌਜੂਦਾ ਜਿਹੜੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਬੀਜੇਪੀ ਸਰਕਾਰ ਆਈ ਹੋਈ ਹੈਗੀ ਆ ਉਹ ਸਰਕਾਰ ਦੇ ਤੁਸੀਂ ਗੁਣਗਾਨ ਗਾ ਰਹੇ ਹੋ ਇੱਕ ਤਰ੍ਹਾਂ ਦੇ ਤੁਸੀਂ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਤੋਂ ਬਚਣ ਲਈ ਮੋਦੀ ਦੇ ਕੋਲ ਬਹਿ ਗਏ ਮੋਦੀ ਦੇ ਹੱਕ ਦੇ ਵਿੱਚ 28 ਤਰੀਕ ਨੂੰ 28 ਮਈ ਨੂੰ ਤੁਸੀਂ ਲੇਖ ਲੇਖਿਆ ਉਹ ਲੇਖ ਨੇ ਸਾਰੇ ਰਿਕਾਰਡ ਤੋੜ ਦਿੱਤੇ ਉਹ ਤੁਹਾਡੇ ਭਾਈਵਾਲ ਜਗਵਾਨੀ ਨਾਲੋਂ ਵੀ ਪੰਜਾਬ ਕੇਸਰੀ ਨਾਲੋਂ ਵੀ ਅੱਗੇ ਨਿਕਲ ਗਏ ਹੁਣ ਵੀ ਉਹਦੀ ਅਮਰੀਕਾ ਫੇਰੀ ਤੇ ਵੀ ਇਹ ਜਿਹੇ ਆਰਟੀਕਲ ਛਪ ਰਹੇ ਨੇ ਅੱਛਾ ਵਰਜਿੰਦਰ ਸਿੰਘ ਹਮਦਰਦ ਦੀ ਦੇ ਅਖਬਾਰ ਦਾ ਸੰਪਾਦਕੀ ਸਟਾਈਲ ਦੇਖੋ ਜਿਹੜਾ ਤਾਂ ਵਰਜਿੰਦਰ ਸਿੰਘ ਹਮਦਰਦ ਦੇ ਨਾਂ ਥੱਲੇ ਸੰਪਾਦਕੀ ਹੁੰਦੀ ਐਂ ਲੱਗਦਾ ਜਿਵੇਂ ਉਹਦਾ ਗਲ ਘੁੱਟਤਾ ਕਿਸੇ ਨੇ ਫੜ ਕੇ ਆਵਾਜ਼ ਨਹੀਂ ਨਿਕਲ ਰਹੀ ਹੈਗੀ ਇੱਕ ਸੰਪਾਦਕੀ ਹੁੰਦੀ ਹੈ ਬਿਨਾ ਨਾਂ ਤੋਂ ਉਹ ਚਾਹੇ ਲੱਗਦਾ ਵੀ ਹੁਣ ਗੱਲ ਛੱਡ ਦਿੱਤਾ ਥੋੜੀ ਜੀ ਤੇ ਉਹ ਕੋਈ ਬੰਦਾ ਹੋਰ ਲਿਖਦਾ ਵਾ ਤੇ ਜਿਹੜੀ ਵਰਜਿੰਦਰ ਸਿੰਘ ਲਿਖਦਾ ਉਹ ਸੰਪਾਦਕੀ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਇੱਕ ਹੋਰ ਤੀਜਾ ਉਦਾਹਰਣ ਦੱਸਦਾ ਮੈਂ ਤੁਹਾਨੂੰ ਇਹ ਕਹਿੰਦੇ ਨੇ ਅਸੀਂ ਫੈਡਰਲਿਜ਼ਮ ਦੀ ਵੀ ਗੱਲ ਕਰਦੇ ਆਂ ਫਲਾਨੀ ਗੱਲ ਕਰਦੇ ਆਂ ਮੈਂ ਇੱਕ ਆਪਣਾ ਨਿੱਜੀ ਐਕਸਪੀਰੀਅੰਸ ਦੱਸਦਾ ਤੁਹਾਨੂੰ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਭਾਰਤ ਵਿੱਚ ਬੀਜੇਪੀ ਦੇ ਜਿਹੜੇ ਉਲਟ ਜਿਹੜੀਆਂ ਵੌਇਸਸ ਸੋ ਕਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਸਥਾਨਿਕ ਵੌਇਸਸ ਨੇ ਫੈਡਰਲਿਜ਼ਮ ਦੀ ਗੱਲ ਕਰਦੀਆਂ ਨੇ ਵਗੈਰਾ ਵਗੈਰਾ ਉਹ ਆਰਟੀਕਲ ਨਾਰਮਲੀ ਇੱਕ ਆਰਟੀਕਲ ਸੀਗਾ ਜਸਟ ਤੇ ਉਹ ਕੋਈ ਬਹੁਤ ਵੱਡੀ 30 ਮਾਰਖਾਂ ਵੀ ਨਹੀਂ ਸੀਗੀ ਉਹ ਮੈਂ अजीत ਨੂੰ ਭੇਜਿਆ अजीत ਵਿੱਚ ਮੇਰੇ ਵੀ ਬਥੇਰੇ ਆਰਟੀਕਲ ਲੱਗੇ ਨੇ ਪਰ ਉਹ ਭੇਜਿਆ ਪਰ ਉੱਥੇ ਜਾ ਕੇ ਕਹਿੰਦੇ ਕਿ ਉਹਨਾਂ ਦੇ ਜਿਹੜੇ ਕਾਰਜਕਾਰੀ ਸੰਪਾਦਕ ਸਾਹਿਬ ਨੇ ਉਹ ਕਹਿੰਦੇ ਵੀ ਦੇਖੋ ਇਹ ਨਾ ਮੈਂ ਤਾਂ ਤੇਰੇ ਵਿਚਾਰਾਂ ਨਾਲ ਸਹਿਮਤ ਹਾਂ ਪਰ ਸਾਡੀ ਅਖਬਾਰ ਨਾ ਮੇਨਸਟ੍ਰੀਮ ਅਖਬਾਰ ਆ ਮੁਕਤਰੀ ਅਖਬਾਰ ਆ ਉਹਦੇ ਵਿੱਚ ਦਿੱਕਤ ਆ ਜਾਊਗੀ ਮੈਨੂੰ ਬਾਜੀ ਨਾਲ ਗੱਲ ਕਰਨੀ ਪਊਗੀ ਮੈਂ ਬਾਜੀ ਨਾਲ ਗੱਲ ਕਰਨ ਤੋਂ ਬਾਅਦ ਦੱਸੂਗਾ ਮੈਨੂੰ ਤੋਂ ਮੈਂ ਕਿਹਾ ਠੀਕ ਹੈ ਚਲ ਕੋਈ ਗੱਲ ਨਹੀਂ ਭਾਜੀ ਨਾਲ ਗੱਲ ਕਰਕੇ ਦੱਸ ਦਿਓ ਦੋ ਦਿਨ ਲੰਘ ਗਏ ਤਿੰਨ ਦਿਨ ਲੰਘ ਗਏ ਭਾਜੀ ਦਾ ਕੋਈ ਜਵਾਬ ਨਹੀਂ ਆਇਆ ਫਿਰ ਮੈਂ ਥੱਕ ਕਰਕੇ ਪੁੱਛਿਆ ਮੈਂ ਕਿਹਾ ਕਿਤੇ ਹੋਰ ਵੀ ਮੈਂ ਭੇਜਣਾ ਹੈਗਾ ਕਹਿੰਦੇ ਨਹੀਂ ਅਜੇ ਤੱਕ ਮੈਂ ਪੁੱਛਣਾ ਮੈਂ ਕਿਹਾ ਭਾਈ ਗੱਲ ਇਹ ਹੈਗਾ ਜੇ ਤੁਹਾਡੇ ਭਾਜੀ ਨੂੰ ਗੌਣ ਵਜਾਉਣ ਤੋਂ ਵੇਲ ਮਿਲੇ ਕਿਉਂਕਿ ਗੌਂਦੇ ਗੌਂਦੇ ਵੀਨੇ ਨਾ ਤਾਂ ਤਾਂ ਉਹ ਕੁਝ ਕਰਨਗੇ ਨਹੀਂ ਤਾਂ ਨਹੀਂ ਕੀ ਚੱਕ ਕਰਨਗੇ ਫਿਰ ਮੈਂ ਟ੍ਰਿਬਿਊਨ ਚ ਪਏ ਤੋਂ ਬਹੁਤ ਸੋਨੇ ਡੰਗ ਨਾਲ ਲਾਇਆ 2019 ਦੀ ਗੱਲ ਹੈਗੀ ਹੁਣ ਚੱਕਰ ਕੀ ਹੈ ਕਿ ਜੇ ਉਹਨਾਂ ਕੋ ਮਸਲਾ ਵੀ ਜਿਹੜਾ ਅਖਬਾਰ ਕਹਿੰਦਾ ਕਿਵੇਂ ਫੈਡਰਲਿਜ਼ਮ ਦੀ ਗੱਲ ਕਰਦਾ ਮੈਂ ਪੰਜਾਬੀ ਪੰਜਾਬੀ ਭਾਸ਼ਾ ਦੀ ਹੱਕ ਕਹੂੰ ਜਿਹੜੀ ਸਰਕਾਰ ਭਾਸ਼ਾਵਾਂ ਨੂੰ ਖਾਣ ਲੱਗੀ ਹੋਈ ਆ ਫੈਡਰਲਿਜ਼ਮ ਨੂੰ ਮਾਰਨ ਲੱਗੀ ਆ ਬਹੁਲਤਾ ਨੂੰ ਮਾਰਨ ਲੱਗੀ ਆ ਉੱਥੇ ਉਸ ਮਾਮਲੇ 'ਚ ਵੀ ਤੁਸੀਂ ਮੇਨਸਟ੍ਰੀਮ ਕਹਿੰਦੇ ਹੋ ਪਹਿਲੀ ਗੱਲ ਮੇਨਸਟ੍ਰੀਮ ਸ਼ਬਦ ਆਪਣੇ ਆਪ 'ਚ ਕੁਝ ਨਹੀਂ ਹੁੰਦਾ ਹੈਗਾ ਮੁਖਤਾਰਾ ਕੀ ਹੁੰਦਾ ਮੁਖਤਾਰਾ ਹੁੰਦਾ ਲੋਕ ਜਿਆਦਾ ਹੁੰਦਾ ਵੀ ਬਹੁਤ ਸਾਰੇ ਲੋਕਾਂ ਦੇ ਤੁਸੀਂ ਚਿਹਤੇ ਹੈਗੇ ਹੋ ਉਹਨੂੰ ਮੁਖਤਾਰਾ ਕਹਿੰਦੇ ਆ ਉਹ ਤਾਂ ਤੁਸੀਂ ਕਰ ਨਹੀਂ ਰਹੇ ਮੈਂ ਤਾਂ ਲੋਕਾਂ ਦੀ ਗੱਲ ਕੀਤੀ ਸੀ ਉਸ ਆਰਟੀਕਲ ਦੇ ਵਿੱਚ ਜਾਂ ਫਿਰ ਮੁਖਤਾਰਾ ਭਾਈ ਤੁਹਾਡੀ ਸਿਆਸਤ ਸਰਕਾਰ ਨਾਲ ਮਿਲ ਕੇ ਚੱਲਣ ਦੀ ਹੈ ਮੁਖਤਾਰਾ ਆਪਣੇ ਆਪ ਦੇ ਵਿੱਚ ਹੀ ਬਹੁਤ ਪ੍ਰੋਬਲਮ ਵਾਲਾ ਸ਼ਬਦਾ ਹੋਰ ਭੇੜੇ ਸ਼ਬਦਾਂ ਚ ਕਹਿਣਾ ਹੋਵੇ ਲੋਚਾ ਸ਼ਬਦ ਹੈਗਾ ਕਿਤੇ ਤੁਸੀਂ ਸਰਕਾਰ ਨਾਲ ਇਸ਼ਤਿਹਾਰ ਲੈਣ ਤੋਂ ਤਾਂ ਨਹੀਂ ਮੁਖਤਰਾ ਕਹਿੰਦੇ ਜੇ ਵੱਡੇ ਅਖਬਾਰ ਨੂੰ ਮੁਖਤਰਾ ਕਹਿੰਦੇ ਆਮ ਤੌਰ ਤੇ ਵੱਡਾ ਕੁਝ ਨਹੀਂ ਹੁੰਦਾ ਹੈਗਾ ਇਹਨਾਂ ਅਖਬਾਰਾਂ ਦੀ ਗਿਣਤੀ ਛਪਣ ਤੇ ਦੇਖਣ ਦੇ ਵਿੱਚ ਬਹੁਤ ਫਰਕ ਹੈਗਾ ਤੇ ਉਹ ਜੋ ਉਹ ਜੋ ਮੁਖਤਰਾ ਵਾਲਾ ਤਾਂ ਟ੍ਰਿਬਿਊਨ ਵੀ ਸੀਗਾ ਟ੍ਰਿਬਿਊਨ ਛਾਪਦਾ ਅਖਬਾਰ ਨੂੰ ਤੁਹਾਨੂੰ ਕੀ ਦਿੱਕਤ ਹੁੰਦੀ ਆ ਤੁਸੀਂ ਤਾਂ ਤੁਹਾਨੂੰ ਤਾਂ ਹੋਰ ਜ਼ਿਆਦਾ ਤਕੜੇ ਹੋ ਕੇ ਇਹ ਜੇ ਲੇਖ ਛਾਪਣੇ ਚਾਹੀਦੇ ਸੀ ਪਰ ਤੁਹਾਡੀ ਟੋਨ ਦੱਬੀ ਹੋਈ ਆ ਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਸਰਕਾਰ ਦੀ ਗਾਜੜਗੀ ਹੈ ਤੁਹਾਡੇ ਉੱਤੇ ਜਾਂ ਫਿਰ ਕਹਿ ਲੋ ਕਿ ਇਹ ਸਾਰਾ ਕੁਝ ਚੱਲ ਰਿਹਾ ਤੁਸੀਂ ਮੋਦੀ ਭਗਤੀ ਵਿੱਚ ਨਤਮਸਤਕ ਹੋ ਫਿਰ ਤੁਹਾਨੂੰ ਅਸੀਂ ਕਿਵੇਂ ਮੰਨੀਏ ਵੀ ਤੁਸੀਂ ਪੱਤਰਕਾਰੀ ਦੀ ਜਿਹੜੀ ਹੈਗੀ ਆ ਲੜਾਈ ਲੜ ਰਹੇ ਹੈਗੇ ਹੋ ਇਹ ਤਾਂ ਵਰਜਿੰਦਰ ਸਿੰਘ ਅਮਰਦਤ ਉੱਤੇ ਵੀ ਸਵਾਲ ਹੈ ਤੇ ਇੱਕ ਆਖਰੀ ਗੱਲ ਤੁਸੀਂ ਉਹਨੇ ਲੀਡਰ ਬਣ ਕੇ ਪੇਸ਼ ਆ ਰਹੇ ਹੋ ਤੇ ਜਿਨ੍ਹਾਂ ਦੀ ਤੁਸੀਂ ਅਗਵਾਈ ਲੈ ਰਹੇ ਹੋਈਓ ਸਹਾਈਤਾ ਲੈ ਰਹੇ ਹੋ ਉਹ ਖੁਦ ਮੀਡੀਆ ਦੀ ਆਵਾਜ਼ ਦਵਾ ਰਹੇ ਹੈਗੇ ਹੋ ਅੱਛਾ ਇੱਕਮ ਹੋਰ ਵੀ ਸੀਗਾ ਲਾਸਟ ਜਿਹੜੀ ਗੱਲ ਹੈ ਕਿ ਤੁਸੀਂ ਸਟੋਰੀਆਂ ਕੱਢ ਸਕਦੇ ਸੀ ਪੰਜਾਬ ਸਰਕਾਰ ਦੇ ਵਿਰੁੱਧ ਸਟੋਰੀਆਂ ਤੁਸੀਂ ਉਸ ਤਰ੍ਹਾਂ ਦੀ ਕੋਈ ਕੱਢ ਨਹੀਂ ਰਹੇ ਆ ਆ ਪੰਨਾ ਪਿਆ ਅਜੀਤ ਪਿਆ ਮੇਰੇ ਕੋਲ ਆਇਨਾ ਦੀ ਆ ਕਈ ਖਬਰ ਆਉਂਦੇ ਨੇ ਮੇਰੇ ਕੋਲ ਹੁਣ ਪਹਿਲਾ ਉੱਠ ਕੇ ਬੰਦਾ ਪੜੂਗਾ ਵੀ ਆ ਫਰੰਟ పేਜ ਦੇਖੋ ਜੀ ਵਰਜਿੰਦਰ ਸਿੰਘ ਲਈ ਕੀ ਹੋ ਗਿਆ ਫਲਾਨਾ ਹੋ ਗਿਆ ਫਿਰ ਉਹ ਤੋਂ ਬਾਅਦ ਵਿੱਚ ਦੂਜੇ ਵੀ ਪੇਜ ਦੇਖੋ ਵੀ ਵਰਜਿੰਦਰ ਸਿੰਘ ਲਈ ਜੀ ਕਿੰਨੀ ਵੱਡੀ ਆ ਹੋ ਗਈ ਫਲਾਨਾ ਢਿੰਗੜਾ ਹੋ ਗਿਆ ਫਿਰ ਆ ਤੁਹਾਡੀ ਕੈਡ ਜੀ ਹੋ ਗਈ ਆ ਚਲੋ ਤੁਸੀਂ ਲਾਉਣੀ ਹੈ ਫਿਰ ਫਿਰ ਤੁਹਾਡਾ ਸੰਪਾਦਕੀ ਪੰਨਾ ਆ ਜਾਂਦਾ ਇਹਦਾ ਸੰਪਾਦਕੀ ਟੋਨ ਦੇਖ ਲਓ ਕੱਲਾ ਵਾਲਾ ਚੱਕ ਕੇ ਦੇਖੋ ਮੋਦੀ ਸਾਹਿਬ ਦੀ ਅਮਰੀਕਾ ਫੇਰੀ ਬਾਰੇ ਸੀਗਾ ਠੀਕ ਹੈ ਉਹ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਤਰ੍ਹਾਂ ਨਾਲ ਪੱਕੀ ਜਾਂਦਾ ਸੀ ਦੂਜਾ ਥੋੜਾ ਜਿਹਾ ਸਰਕਾਰ ਦੇ ਉਲਟ ਸੀ ਉਥੇ ਦੇਣਾ ਪਿਆ ਕਿ ਇਹ ਵਿਚਾਰ ਲਿਖਦੇ ਆਪਣੇ ਨੇ ਮੈਂ ਅਜ ਤਰੀਕ ਕਿੰਨੀ ਹੋ ਗਈ ਉਹ ਨਹੀਂ ਹੋ ਗਈ 20 ਹੋ ਗਈ ਕੱਲ 19 ਦਾ ਅਖਬਾਰ ਚੱਕ ਕੇ ਦੇਖ ਲਓ ਉਹਦੀ ਗੱਲ ਕਰ ਰਿਹਾ ਹੈਗਾ ਸੋ ਇਹ ਤਾਂ ਤੁਹਾਡੇ ਜਿਹੜੇ ਲੱਛਣ ਨੇ ਤੁਹਾਡੇ ਅਖਬਾਰ ਦੇ ਤੁਸੀਂ ਜੇਕਰ ਤੁਹਾਡੇ ਕੋਲ ਤੁਹਾਡੇ ਕੋਲ ਜਰਨਲਿਸਟਿਕ ਕੋਈ ਸਕਿੱਲ ਹੁੰਦਾ ਤੁਸੀਂ ਪੱਤਰਕਾਰਾਂ ਚੰਗੇ ਰੱਖੇ ਹੁੰਦੇ ਕਿਉਂਕਿ ਪੈਸੇ ਤੁਸੀਂ ਦੇਣੇ ਨਹੀਂ ਹੈਗੇ ਪੱਤਰਕਾਰਾਂ ਨੂੰ ਤਾਂ ਖੁਦ ਕਹਿੰਦੇ ਉਹ ਚੰਗਾ ਲੁੱਟਮਾਰ ਕਰਕੇ ਲਿਆ ਭਾਈ ਅੱਧਾ ਹਿੱਸਾ ਤੇਰਾ ਅੱਧਾ ਹਿੱਸਾ ਸ ਮੇਰਾ ਹੋਊਗਾ ਤੇ ਉਹਦੇ ਵਿੱਚ ਫਿਰ ਤੁਸੀਂ ਸਟੋਰੀਆਂ ਥੋੜਾ ਕਢਵਾਓਗੇ ਤਾਂ ਹੀ ਸਭ ਤੁਹਾਨੂੰ ਚੀਕ ਚਾੜਾ ਕਰਨਾ ਪੈਂਦਾ ਚਾਰ ਚਾਰ ਸਫੇ ਆਪਣੇ ਭਰਨੇ ਪੈਂਦੇ ਹਾਏ ਮੈਂ ਲੁੱਟਿਆ ਗਿਆ ਹਾਏ ਮੈਂ ਲੁੱਟਿਆ ਗਿਆ ਹਾਏ ਮੈਂ ਮਰ ਗਿਆ ਹਾਏ ਮੈਂ ਮਰ ਗਿਆ ਵੀ ਤੁਹਾਡੀ ਲੁੱਟ ਮਾਰ ਜਿਹੜੀ ਹੈਗੀ ਆ ਉਹ ਮੀਡੀਆ ਦੀ ਲੁੱਟ ਮਾਰ ਕਿਵੇਂ ਹੋ ਗਈ ਜਦੋਂ ਮੀਡੀਆ ਉੱਤੇ ਗਾਜ ਡਿੱਗਦੀ ਸੀ ਉਹ ਤਾਂ ਤੁਸੀਂ ਬੋਲੇ ਨਹੀਂ ਸੀਗੇ ਅਕਾਲੀ ਦਲ ਨਾਲ ਤੁਸੀਂ ਯਾਰੀਆਂ ਵੀ ਲਾਈਆਂ ਸੈਂਟਰ ਨਾਲ ਯਾਰੀਆਂ ਵੀ ਲਾਈਆਂ ਸਹਾਇਤਾ ਵੀ ਲਈ ਹੈਗੀ ਆ ਹੁਣ ਮੈਨੂੰ ਇਹ ਦੱਸੋ ਕਿਸੇ ਪੱਤਰਕਾਰ ਨੂੰ ਕੀ ਲੋੜ ਆ ਕੋਈ ਉਹ ਯਾਦ ਕਰਦਾ ਤਾਂ ਉਮਰ ਚੇਅਰਮੈਨ ਲਾਉਣ ਬਣਨ ਦੀ ਪੱਤਰਕਾਰ ਨੇ ਤਾਂ ਆਪਣੀ ਪੱਤਰਕਾਰੀ ਕਰਨੀ ਆ ਜਾਦਾ ਬਈ ਤੁਸੀਂ ਬਿਜ਼ਨਸਮੈਨ ਹੋ ਜਾਂ ਫਿਰ ਤੁਸੀਂ ਜਿਹੜਾ ਹੋਰ ਕੁਝ ਬਹੁਤ ਸਾਰੇ ਹੋ ਸਕਦੇ ਹੋ ਪਰ ਪੱਤਰਕਾਰ ਨਹੀਂ ਤੁਸੀਂ ਹੈਗੇ ਜਿਵੇਂ ਜੀ ਪਿਛਲੇ ਦਿਨਾਂ ਵਿੱਚ ਬਹੁਤ ਸਾਰੇ ਸੋਸ਼ਲ ਮੀਡੀਆ ਧਾਰਿਆਂ ਦੀ ਜੇ ਆਪਾਂ ਗੱਲ ਕਰ ਲਈ ਤਾਂ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਉਹਨਾਂ ਤੇ ਉਹਨਾਂ ਨੂੰ ਬੰਦ ਕਰਵਾਇਆ ਟਵਿੱਟਰ ਹੈਂਡਲ ਬੰਦ ਹੋਏ ਫੇਸਬੁੱਕ ਪੇਜ ਬੰਦ ਹੋਏ ਹਨ ਲੋਕਾਂ ਦਾ ਰੋਜ਼ਗਾਰ ਵੀ ਜੁੜਿਆ ਹੋਇਆ ਰੋਜ਼ੀ ਰੋਟੀ ਵੀ ਉਹਨਾਂ ਦੀ ਸਾਰਾ ਕੁਝ ਠੱਪ ਹੋਇਆ ਪਰ ਪੰਜਾਬੀ ਪੱਤਰਕਾਰੀ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਜ ਜਿਨ੍ਹਾਂ ਨਾਲ ਸਾਰਾ ਕੁਝ ਹੋਇਆ ਜਿਹੜੇ ਵਿਕਟਿਮ ਸੀਗੇ ਉਹ ਉਸ ਕਿਸਮ ਨਾਲ ਇਕੱਠੇ ਨਹੀਂ ਹੋਏ ਇਹ ਇੱਕ ਚਲੋ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ ਜੀ ਤੱਕ ਨਿੱਜੀ ਮਸਲਾ ਸੀਗਾ ਉਹਨਾਂ ਨੇ ਉਸ ਤਰੀਕੇ ਨਾਲ ਬਣਾ ਲਿਆ ਪਰ ਬਾਕੀ ਪੰਜਾਬੀ ਪੱਤਰਕਾਰ ਆਪਦੇ ਤੇ ਹੋਏ ਹਮਲੇ ਸਰਕਾਰੀ ਹਮਲੇ ਵਿਰੁੱਧ ਖੜੇ ਕਿਉਂ ਨਹੀਂ ਹੋ ਸਕੇ ਦੇ ਕੋਈ ਨਾ ਇੱਕ ਕਾਰਨ ਇਹ ਕਿ ਸਾਫ ਹੈਗਾ ਕਿ ਉਹ ਜਿਹੜਾ ਪੰਜਾਬ ਸਰਕਾਰ ਨੇ ਉਹਨਾਂ ਸਮੇਂ ਚ ਕੀਤਾ ਉਹ ਜਮਹੂਰੀ ਅਧਿਕਾਰਾਂ ਦਾ ਗੱਲਾ ਕੁੱਟਿਆ ਸੀ ਆਈ ਅਮਰਤਪਾਲ ਵਾਲੇ ਇਨਸੀਡੈਂਟ ਤੋਂ ਬਾਅਦ ਜਿਹੜਾ ਕੁਝ ਹੋਇਆ ਮੇਰਾ ਮੰਨਣਾ ਕਿ ਚਾਹੇ ਕੋਈ ਅਮਰਤਪਾਲ ਦੇ ਪੱਖ ਦਾ ਹੋਵੇ ਚਾਹੇ ਵਿਰੋਧ ਦਾ ਹੋਵੇ ਲੇਕਿਨ ਉਹਦੀ ਆਵਾਜ਼ ਦਬਾਉਣੀ ਗਲਤ ਹੈਗੀ ਆ ਉਹ ਸੰਵਿਧਾਨਿਕ ਤੌਰ ਤੇ ਵੀ ਗਲਤ ਆ ਉਹ ਜਮਹੂਰੀ ਅਧਿਕਾਰਾਂ ਦੇ ਮਸਲੇ ਤੋਂ ਵੀ ਗਲਤ ਆ ਉਹ ਬਚਾਰਾਂ ਦੀ ਆਜ਼ਾਦੀ ਵਾਲੇ ਐਂਗਲ ਤੋਂ ਵੀ ਗਲਤ ਹੈਗਾ ਹੁਣ ਮਸਲਾ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਵਾ ਪੰਜਾਬ ਦੇ ਵਿੱਚ ਇੱਕ ਨਵਾਂ ਫੀਨੋਮਨਾ ਜਿਹਾ ਹੈਗਾ ਹਾਲੇ 10 ਸਾਲ ਦਾ ਸ਼ੁਰੂ ਹੋਇਆ ਉਹ ਉਦੋਂ ਠੀਕ ਵੀ ਸੀਗਾ ਉਦੋਂ ਕੀ ਹੋਇਆ ਕਿ ਜਦੋਂ ਨੈਸ਼ਨਲ মিডিਆ ਕਾਊਂਟਰ ਕਰ ਰਿਆ ਸੀ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਨਵੇਂ ਢੰਗ ਨਾਲ ਕਦੇ ਖਾਲਸਤਾਨੀ ਕਹ ਕੇ ਕਦੇ ਮਾਓਵਾਦੀ ਕਹ ਕੇ ਉਦੋਂ ਇਹਨਾਂ ਨੇ ਠੀਕਾ ਮੁਕਾਬਲਾ ਕੀਤਾ ਉਹਦੇ ਵਿੱਚ ਕੋਈ ਦੋਰਾਏ ਨਹੀਂ ਹੈਗਾ ਪਰ ਉਹਦੇ ਵਿੱਚ ਕੀ ਇਹਨਾਂ ਕੋਲ ਪ੍ਰੋਫੈਸ਼ਨਲ ਲਿੰਕ ਨਹੀਂ ਉਹ ਸਕਿੱਲ ਨਹੀਂ ਸੀਗੇ ਜਿਹਦੇ ਕਰਕੇ ਇੱਕ ਤਾਂ ਉਹਨਾਂ ਕੋਲ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਹੁਣ ਕਿਸਾਨ ਅੰਦੋਲਨ ਤਾਂ ਖਤਮ ਹੋ ਗਿਆ ਅਸੀਂ ਕੀ ਕਰੀਏ ਤੇ ਦੂਜੀ ਚੀਜ਼ ਇਹ ਹੈਗੀ ਆ ਕਿ ਉਦੋਂ ਵੀ ਕਿਉਂਕਿ ਦੇਖੋ ਸਾਰਾ মিডিਆ ਐਂ ਤਿਆਰ ਹੁੰਦਾ ਹੁੰਦਾ ਜਦੋਂ ਹੁਣ ਆਰਨਵ ਗੋਸਵਾਮੀ ਹੋਣੇ ਜਾਂ ਦੂਜੇ ਵੀ ਆਏ ਨੇ ਨਾ ਪਹਿਲਾਂ ਇਹਨਾਂ ਨੇ ਕਾਂਗਰਸ ਸਰਕਾਰ ਵੇਲੇ ਦਿਖਾਤਾ ਵੀ ਦੇਖੋ ਅੰਨ ਅੰਦੋਲਨ ਦਿਖਾਇਆ ਫਲਾਣਾ ਕੀਤਾ ਢਿੰਗੜਾ ਕੀਤਾ ਵੀ ਬੜਾ ਕੰਮ ਕਰ ਰਹੇ ਅਸੀਂ ਚੱਕ ਤੇ ਫੱਟੇ ਜਦੋਂ ਮੋਦੀ ਦਾ ਰਾਜ ਆਇਆ ਤਾਂ ਸਾਰੇ ਉਹਦੀ ਭਗਤੀ ਦੇ ਵਿੱਚ ਦੰਡਾਉਤ ਹੋ ਗਏ ਅਰਨਮਕੋਸ ਸਵਾਮੀ ਨੇ ਵੀ ਆਇਆ ਕੀਤਾ ਬਹੁਤਾਂ ਦੀ ਉਹ ਫੇਵਰਟ ਤਾਂ ਹੀ ਬਣਿਆ ਸੀ ਉਹ ਕਾਂਗਰਸ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੱਪੜੇ ਕੁੱਪਲੇ ਸੀਗੇ ਉਹ ਦਿਖਾ ਰਿਆ ਸੀਗਾ ਲੋਕਾਂ ਨੂੰ ਲੱਗਾ ਵੀ ਬੜੀ ਘੈਂਟ ਵਾਜ਼ਾ ਇਹ ਤਾਂ ਬੜਾ ਦੇਸ਼ ਭਗਤ ਰਹੇਗਾ ਇਦਾਂ ਹੀ ਪੰਜਾਬ ਵਾਲੇ ਵੀ ਕਰਨ ਲੱਗੇ ਸੀ ਪਰ ਉਹ ਪੰਜਾਬ ਵਾਲੇ ਆ ਫਲਾਨਾ ਹੈਗੇ ਆ ਸੀ ਅਸੀਂ ਪੰਜਾਬ ਲਈ ਔਨ 에ਅਰ ਹੁੰਨੇ ਹੈਗੇ ਆ ਤੇ ਬਾਅਦ ਵਿੱਚ ਤੁਸੀਂ ਦੇਖੋ ਵੀ ਜਿਹੜੇ ਪੰਜਾਬ ਲਈ ਔਨ 에ਅਰ ਹੁੰਦੇ ਸੀ ਜਾਂ ਪ੍ਰੋ ਪੰਜਾਬ ਕਹਾਉਂਦੇ ਸੀਗੇ ਉਹ ਅੱਜ ਕੱਲ ਪ੍ਰੋ ਕੀ ਨੇ ਉਹ ਪਰ ਉਹ ਆਪ ਹੋਏ ਹੋਏ ਨੇ ਉਹ ਫਿਰ ਜਾ ਕੇ ਜਦੋਂ ਸ਼ਰਾਬ ਦੀਆਂ ਫੈਕਟਰੀਆਂ ਦੀ ਐਡ ਵੀ ਦੇਣੀ ਹੈਗੀ ਆ ਫਿਰ ਉਹਨਾਂ ਨੂੰ ਤੁਸੀਂ ਕਵਰ ਥੋੜੋ ਕਰੋਗੇ ਉੱਥੇ ਪ੍ਰੋਟੈਸਟ ਹੁੰਦੇ ਹੁੰਦੇ ਫਿਰ ਉਹ ਉਹ ਬਣ ਚੁੱਕੇ ਨੇ ਅੱਛਾ ਉਹਨਾਂ ਵਿੱਚੋਂ ਕੀ ਹੈ ਕੁਝ ਤਾਂ ਸਰਕਾਰ ਭਗਤੀ ਦੇ ਨਤਮਸਤਕ ਹੋ ਗਏ ਇੰਨੇ ਨਤਮਸਤਕ ਕੋਈ ਕਿ ਉਹਨਾਂ ਦੀ ਇੱਕ ਪੱਤਰਕਾਰ ਦਾ ਟਵਿੱਟਰ ਹੈਂਡਲ ਵੀ ਜਿਹੜਾ ਉਹ ਕਰ ਦਿੱਤਾ ਗਿਆ ਉਹ ਫਿਰ ਵੀ ਨਹੀਂ ਬੋਲੇ ਕਈ ਦਿਨ ਫਿਰ ਆਪਣੀਆਂ ਪੁਰਾਣੀਆਂ ਅਮਰਪਾਲ ਦੀਆਂ ਖੀਤੀ ਹੋਈਆਂ ਵੀਡੀਓ ਵੀ ਡਿਲੀਟ ਕਰਨ ਲੱਗੇ ਇਹ ਵੀ ਅਸੀਂ ਦੇਖਿਆ ਹੈਗਾ ਬਹੁਤੇ ਫਿਰ ਬਹੁਤੇ ਇੱਕ ਇੱਕ ਕੈਟਾਗਰੀ ਇਹ ਆ ਇੱਕ ਕੈਟਾਗਰੀ ਉਹ ਜਿਹਨਾਂ ਨੂੰ ਪਿੱਛੋਂ ਖਾਲਸਤਾਨੀ ਜਿਹੜੀ ਕੋਈ ਫੰਡਿੰਗ ਹੁੰਦੀ ਆ ਹੁਣ ਸਾਨੂੰ ਨਹੀਂ ਪਤਾ ਹੁਣ ਖਾਲਸਤਾਨੀਆਂ ਵਿੱਚ ਵੀ ਕਈ ਸਰੀਆਂ ਕੈਟਾਗਰੀਆਂ ਨੇ ਇੱਕ ਉਹ ਕੈਟਾਗਰੀ ਆ ਜਿਹੜੀ ਕਹਿੰਨ ਨੂੰ ਖਾਲਸਤਾਨੀਆਂ ਪਿੱਛੋਂ ਜਿਹੜਾ ਉਹ ਕੰਮ ਜਿਹੜਾ ਸਾਰਾ ਉਹ ਮੋਦੀ ਸਰਕਾਰ ਦੇ ਜਿਹੜਾ ਇੱਕ ਨੈਰੇਟਿਵ ਨੂੰ ਹੀ ਫੋਲੋ ਕਰ ਰਹੀ ਹੈਗੀ ਆ ਅੱਛਾ ਇਹਦੇ ਵਿੱਚੋਂ ਇੱਕ ਹੋਰ ਪੱਤਰਕਾਰ ਵੀ ਹੋ ਆਗੇ ਜਿਹਨੂੰ ਲੱਠ ਮਾਰ ਪੱਤਰਕਾਰ ਕਹਿੰਨੇ ਜਿਨ੍ਹਾਂ ਦਾ ਕੰਮ ਕੰਟਰੋਲ ਕਰਨਾ ਗਾਲਾਂ ਕੱਢਣੀਆਂ ਹੋ ਗਈਆਂ ਉਹ ਕਿਸਾਨ ਅੰਦੋਲਨ ਦੌਰਾਨ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਵੀ ਥੋੜਾ ਜਿਹਾ ਅਸੀਂ ਹੀਰੋ ਬਣ ਕੇ ਆਈਏ ਫਿਰ ਉਹ ਉਹਨਾਂ ਦੀ ਵਿਚਾਰ ਉੱਥੇ ਅਸੀਂ ਫੇਰ ਫੇਰ ਇਦਾਂ ਹੀ ਕਰਾਂਗੇ ਫਿਰ ਫਿਰ ਜਿਵੇਂ ਅੱਜਕੱਲ ਮੋਦੀ ਨਹੀਂ ਕਰਦਾ ਵੀ ਮੈਂ ਤਾਂ ਲੁੱਟਿਆ ਗਿਆ ਮੈਂ ਤਾਂ ਕੁੱਟਿਆ ਗਿਆ ਫਿਰ ਉਹ ਵੀ ਫਲਾਣੇ ਲੀਡਰ ਨੇ ਮੇਰੇ ਤੇ ਹਮਲਾ ਕਰ ਦਿਆ ਫਲਾਣੇ ਨੇ ਆਏ ਕਰਦਾ ਫਿਰ ਉਹ ਇੰਨੇ ਜੋਗੇ ਰਹਿ ਗਏ ਨੇ ਸੋ ਇਹ ਕੈਟਾਗਰੀ ਹੈਗੀ ਆ ਅਜੇ ਤੱਕ ਪ੍ਰੋਫੈਸ਼ਨਲ ਸਕਿੱਲ ਆ ਨਾ ਜਿਹੜਾ ਉਹ ਨਹੀਂ ਆਇਆ ਹੈਗਾ ਖਾਸ ਕਰਕੇ ਇਹ ਜਿਹੜਾ ਡਿਜੀਟਲ ਫਾਰਮ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਇੱਕ ਪ੍ਰੋਫੈਸ਼ਨਲ ਸਕਿੱਲ ਦੀ ਲੋੜ ਹੈਗੀ ਆ ਤੇ ਬਾਕੀ ਜਿਹੜਾ ਹੈਗਾ ਪੱਤਰਕਾਰੀ ਦਾ ਜਦੋਂ ਸਾਡਾ 베ਸ ਨਹੀਂ ਇਹ ਜਿਹੀ ਸੀਗਾ ਤੇ ਪ੍ਰਿੰਟ ਦੇ ਵਿੱਚ ਚਾਹੇ ਤੁਹਾਡੇ ਇਲੈਕਟ੍ਰੋਨਿਕ ਕਿਉਂਕਿ ਇਲੈਕਟ੍ਰੋਨਿਕ ਵਿੱਚ ਵੀ ਦਿਕਤਾਂ ਹੈ ਸੀਗੀਆਂ ਵੀ ਅਜੇ ਤੱਕ ਬਹੁਤ ਇਹਦਾ ਇਹਨਾਂ ਦੇ ਸੰਪਾਦਕ ਵਗੈਰਾ ਜਿਹੜੇ ਹੈਗੇ ਨੇ ਟੀਵੀ ਮੀਡੀਆ ਦੇ ਉਹ ਪੰਜਾਬ ਤੋਂ ਬਾਹਰਲੇ ਸੀ ਉਹਨਾਂ ਨੂੰ ਵੈਸੇ ਹੀ ਪੰਜਾਬ ਨਾਲ ਟੁੱਟੇ ਹੋਏ ਸੀਗੇ ਉਸੇ ਤਰ੍ਹਾਂ ਹੀ ਫਿਰ ਜਦੋਂ ਅੱਗਾ ਅੱਗੇ ਜਿਹੜਾ ਤਕਨੀਕ ਦਾ ਵਿਕਾਸ ਹੋਣਾ ਹੋਣਾ ਸੀਗਾ ਉਹਦੇ ਵਿੱਚ ਵੀ ਲਗਭਗ ਜਦੋਂ ਥੋੜਾ ਪਿੱਛੇ ਪਿਛੋਕੜ ਹੈ ਜਿਹਾ ਸੀਗਾ ਤੇ ਉਹ ਵੀ ਇਹੋ ਜਿਹਾ ਹੀ ਹੋਣਾ ਸੀਗਾ ਇਹ ਇਹ ਚੀਜ਼ ਹੈਗੀ ਹੈ ਕਿ ਪੰਜਾਬੀ ਪੱਤਰਕਾਰੀ ਜਾਂ ਆਪਾਂ ਭਾਵੇਂ ਨੈਸ਼ਨਲ ਲੈਵਲ ਤੇ ਵੀ ਗੱਲ ਕਰ ਲਈਏ ਕਿ ਜਿਹੜਾ ਐਡ ਵਾਲਾ ਮਾਡਲ ਆ ਕਿ ਉਹ ਵੀ ਪੱਤਰਕਾਰੀ ਨੂੰ ਜਿਹੜਾ ਪਿੱਛੇ ਖਿੱਚ ਰਿਹਾ ਕੇ ਪੱਤਰਕਾਰਾਂ ਨੂੰ ਕਿਉਂਕਿ ਬਹੁਤੇ ਜਿਹੜੇ ਲੋਕਲ ਲੈਵਲ ਦੇ ਪੱਤਰਕਾਰ ਨੇ ਉਹ ਸਟੋਰੀ ਕਰ ਸਕਦੇ ਉਹਨਾਂ ਕੋਲ ਉਹਨਾਂ ਨੇ ਸਾਧਨ ਨਹੀਂ ਗੇ ਉਹ ਸਪਲੀਮੈਂਟ ਤੇ ਉਹ ਐਡ ਤੇ ਹੀ ਸੀਮਿਤ ਹੋਗੇ ਦੇਖੋ ਮੈਨੂੰ ਇਹ ਲੱਗਦਾ ਹੈਗਾ ਕਿ ਅਸਲ ਵਿੱਚ ਨਾ ਜਿਹੜਾ ਹੋਰੇ ਇੱਕ ਜਿੰਨਾ ਚ ਤੁਸੀਂ ਕਹਿੰਦੇ ਵੀ ਸਾਡਾ ਮੀਡੀਆ ਦਾ ਵਿਕਾਸ ਹੋ ਗਿਆ ਹੈ ਹੋ ਗਿਆ ਦੋ ਚੀਜ਼ਾਂ ਤੇ ਬਹੁਤ ਚੀਜ਼ ਨਿਰਭਰ ਆ ਤੁਹਾਡਾ ਕੰਟੈਂਟ ਕੀ ਹੈ ਤੁਹਾਡਾ ਜਿਹੜਾ ਹੈਗਾ ਰੈਵਨਿਊ ਮਾਡਲ ਕੀ ਹੈ ਜੇ ਰੈਵਨਿਊ ਮਾਡਲ ਆਹੀ ਆ ਵੀ ਇਸ਼ਤਿਹਾਰ ਲੈ ਕੇ ਆਉਣੇ ਅੱਜ ਕੱਲ ਨਵੀਂ ਆ ਗਈ ਆਹ ਵੀ ਇਹ ਭਾਈ ਕਾਕਾ ਤੋਂ ਸਟੋਰੀ ਕੀਤੀ ਹੈ ਵੀਡੀਓ ਬਣਾਈ ਆ ਪਹਿਲਾਂ ਇੰਨੇ ਵਿਊ ਲੈ ਕੇ ਆ ਸਾਡੇ ਲਈ 1 ਲੱਖ ਵਿਊ ਲੈ ਕੇ ਆ ਪੈਸੇ ਵੀ ਲੈ ਕੇ ਆਉਣੇ ਆ ਵਿਊ ਵੀ ਲੈ ਕੇ ਆਉਣੇ ਹੈਗੇ ਨੇ ਆ ਥੋੜਾ ਵਿਊ ਵੀ ਅੱਜ ਕੱਲ ਸਪਲੀਮੈਂਟਰੀ ਬਣ ਗਿਆ ਇੱਕ ਤਰ੍ਹਾਂ ਦਾ ਵੀ ਐਨੇ ਵਿਊ ਲੈ ਕੇ ਆਉਣੇ ਆ ਫਿਰ ਨਹੀਂ ਲੈ ਕੇ ਆਉਂਦੇ ਅੱਜ ਕੱਲ ਤਾਂ ਖਬਰਾਂ ਵਾਲਿਆਂ ਨੂੰ ਵੀ ਕਿਹਾ ਜੀ ਰੇ ਖਬਰ ਡਿਜੀਟਲ ਫਾਰਮ 'ਚ ਆ ਗਏ ਵੀ ਉਹ ਕਈ ਮਿੱਤਰ ਸਾਡੇ ਪੱਤਰਕਾਰ ਸ਼ਿਵਿੰਦਰ ਮੇਰੇ ਟਵੀਟ ਕਰਦੇ ਮੈਂ ਤੇਰੀ ਸੜੀ ਹੋਈ ਸਟੋਰੀਆਂ ਮੈਂ ਕਿਉਂਕਿ ਟਵੀਟ ਕਰਾਂ ਬਈ ਨਹੀਂ ਨਹੀਂ ਉਹ ਜ਼ਰੂਰੀ ਹੈਗਾ ਇਸ ਲਈ ਜ਼ਰੂਰੀ ਹੈ ਵੀ ਮੇਰੇ ਐਡੀਟਰ ਨੇ ਕਿਹਾ ਵੀ ਇਹਨੂੰ ਇੰਨੇ ਟਵਿੱਟਰ ਦੇ ਉੱਤੇ ਹੁਣ ਇਹਨੂੰ ਸ਼ੇਅਰ ਕਰੋ ਇੰਨੀ ਇਹਨੂੰ ਫਲਾਣੇ ਤੇ ਕਰੋ ਇਹ ਵੀ ਕੋਈ ਜਿਹੜੀ ਸਾਜ਼ਗਰ ਪੱਤਰਕਾਰ ਨਹੀਂ ਹੈਗੀ ਇਹਦੇ ਵਿੱਚ ਫਿਰ ਤੁਸੀਂ ਹਲਕਾ ਕੰਮ ਕਰਦੇ ਹੈਗੇ ਹੋ ਹਲਕੇ ਪੱਧਰ ਤੇ ਕੰਮ ਜਦੋਂ ਕਰਦੇ ਆ ਫਿਰ ਇੱਕ ਜਿਹੜੀਆਂ ਅੱਛੀਆਂ ਸਟੋਰੀਆਂ ਨਹੀਂ ਆ ਸਕਦੀਆਂ ਬਾਕੀ ਵੈਸੇ ਵੀ ਸਾਡੇ ਨਾ ਪੱਤਰਕਾਰ ਦੀ ਹਾਲਤ ਕਰ ਇਹ ਵੀ ਇੱਕ ਦਿੱਕਤ ਰਹੀ ਹੈ ਔਰ ਇੱਕ ਜਿਵੇਂ ਅਸੀਂ ਜੋ ਹੋਰ ਨਾ ਪਛਾਹਵਾਂ ਦੀ ਪੱਤਰਕਾਰੀ ਚ ਦੇਖਦੇ ਆ ਨਾ ਜਿਵੇਂ ਇੱਕ ਖਾਸ ਵਿਸ਼ੇ ਦਾ ਕੋਈ ਪ੍ਰੋਫੈਸ਼ਨਲ ਪੱਤਰਕਾਰ ਹੁੰਦਾ ਵੀ ਮਤਲਬ ਇਹ ਖੇਤੀਬਾੜੀ ਦਾ ਐਕਸਪਰਟ ਆ ਇਹ ਰਾਜਨੀਤੀ ਦਾ ਐਕਸਪਰਟ ਆ ਇਹ ਫਲਾਣੇ ਦਾ ਐਕਸਪਰਟ ਆ ਇੱਕ ਤਾਂ ਪੰਜਾਬੀ ਪੱਤਰਕਾਰ ਹੀ ਚੋਂ ਨਹੀਂ ਹੈਗੇ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਵੀ ਇੱਕੋ ਹੀ ਪੱਤਰਕਾਰ ਕੋਈ ਕਈ ਸਾਰੀਆਂ ਬੇਟਾਂ ਹੁੰਦੀਆਂ ਨੇ ਜਦੋਂ মিডিਆ ਨੇ ਇਹੀ ਸੋਚ ਰੱਖਿਆ ਵੀ ਆਪਾਂ ਤਾਂ ਸਿਰਫ ਸੋਚਣਾ ਹੀ ਦੇਣੀ ਹੈਗੀ ਆ ਫਿਰ ਤੁਸੀਂ ਉਹ ਐਕਸਪਰਟ ਪੱਤਰਕਾਰ ਕਿੱਥੋਂ ਲੈ ਕੇ ਆਉਂਗੇ ਹਲੈ ਤੁਹਾਨੂੰ ਪੰਜਾਬ ਰੀਜਨ ਚੋਂ ਦਾ ਮਿਲ ਜਾਂਦੇ ਨੇ ਵਾਲੇ ਵੋਟੇ ਹੁਣ ਪਤਾ ਨਹੀਂ ਉਹ ਵੀ ਵਿਚਾਰੇ ਬਜ਼ੁਰਗ ਹੋ ਗਏ ਉਹ ਦੁਬਾ ਚੋਨਾ ਵੀ ਕਾਉਂਟ ਉਸ ਤਰ੍ਹਾਂ ਦੇ ਹੋਣਗੇ ਵੀ ਮੈਂ ਮਤਲਬ ਕਿ ਅੱਜ ਮੈਨੂੰ ਪਤਾ ਕਰਨਾ ਹੋਵੇ ਕਿ ਪੰਜਾਬ ਦੀ ਖੇਤੀਬਾੜੀ ਬਾਰੇ ਮੈਂ ਕੋਈ ਪੰਜਾਬੀ ਪੱਤਰਕਾਰ ਲੱਭਾਂ ਐਕਸਪਰਟ ਜਿਹਦੀ رائے ਜਿਹੜੀ ਕਿਸੇ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਵਾਂਗੂ ਠੋਕਮੀ ਹੋਵੇ ਮੈਨੂੰ ਨਹੀਂ ਲੱਭੂਗਾ ਜੇ ਮੈਂ ਅੱਜ ਲੱਭਾਂ ਵੀ ਪੰਜਾਬ ਦੇ ਵਿੱਚ ਕੋਈ ਰੱਪ ਸਿਆਸਤ ਦੇ ਬਾਰੇ ਗੱਲ ਕਰਨ ਵਾਲਾ ਕੋਈ ਵਧੀਆ ਜਰਨਲਿਸਟ ਕਿਹੜਾ ਮੈਨੂੰ ਨਹੀਂ ਲੱਭੂਗਾ ਕਿ ਜਿਨੇ ਕੋਈ ਇਸ ਤਰ੍ਹਾਂ ਕੀਤਾ ਹੋਵੇ ਹਾਂ ਹਲੇ ਪੰਜਾਬ ਰੀਜਨ ਚੋਂ ਮਤਲਬ ਇੰਗਲਿਸ਼ ਤੇ ਵਿੱਚੋਂ ਕੋਈ ਇੱਕ ਦੋ ਬਜ਼ੁਰਗ ਬੱਚੇ ਹੋਏ ਹੈਗੇ ਨੇ ਉਹ ਮੈਂ ਕਹਿੰਦਾ ਉਹਨਾਂ ਦੀ ਤਾਂ ਉਮਰ ਲੰਮੀ ਉਮਰ ਹੋਵੇ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਪਰ ਇਦਾਂ ਦੇ ਐਕਸਪਰਟ ਨਹੀਂ ਹੈਗੇ ਇਹ ਮਤਲਬ ਇੱਕ ਦਿੱਕਤ ਹੈ ਪੰਜਾਬੀ ਮੀਡੀਆ ਦੀ ਸਾਨੂੰ ਜਿਹੜੀ ਕਿ ਅੱਗੇ ਜਾ ਕੇ ਮੈਨੂੰ ਹਲੇ ਹੱਲ ਹੋਣ ਦੀ ਸੰਭਾਵਨਾ ਲੱਗਦੀ ਨਹੀਂ ਹੈਗੀ ਕਿਵੇਂ ਜੀ ਪੰਜਾਬੀ ਪੱਤਰਕਾਰੀ ਪ੍ਰੋਫੈਸ਼ਨਲ ਲੀਹਾਂ ਤੇ ਕਿਵੇਂ ਆਵੇ ਜਿਵੇਂ ਤੁਸੀਂ ਆ ਵਕ ਵਕ ਬੀਟ ਦੇ ਜ਼ਿਕਰ ਕਰ ਰਹੇ ਹੋ ਇਹ ਪੱਤਰਕਾਰ ਕਿਵੇਂ ਪੈਦਾ ਹੋਣ ਨੀ ਇਹਦੇ ਵਿੱਚ ਇਹ ਹੈਗਾ ਵੀ ਇੱਕ ਤਾਂ ਦੇਖੋ ਜਿਵੇਂ ਹੁਣ ਸੋਸ਼ਲ ਮੀਡੀਆ ਸੋ ਕਾਰਡ ਜਾਂ ਡਿਜੀਟਲ ਮੀਡੀਆ ਆ ਗਿਆ ਕਿ ਇੱਕ ਤਾਂ ਮੈਨੂੰ ਸੋਸ਼ਲ ਮੀਡੀਆ ਤਾਂ ਬੜੀ ਦਿੱਕਤ ਆ ਸ਼ਬਦ ਤੋਂ ਕਿਉਂਕਿ ਸੋਸ਼ਲ ਕਹਦੇ ਤੁਸੀਂ ਸੋਸ਼ਲ ਹੈਗੇ ਹੋ ਤੁਸੀਂ ਸੋਸ਼ਲ ਤਾਂ ਹੈ ਨਹੀਂ ਕਿ ਸੋਸ਼ਲ ਮੈਨੇ ਸਮਾਜੀ ਹੁੰਦਾ ਨਾ ਤੁਸੀਂ ਤਾਂ ਜਿਹੜਾ ਇੱਕ ਤਰ੍ਹਾਂ ਦਾ ਉਹੀ ਕੰਮ ਕਰ ਰਹੇ ਹੈਗੇ ਹੋ ਡਿਜੀਟਲ ਫਾਰਮ ਨਾਲ ਆ ਸਿਰਫ ਤੁਹਾਨੂੰ ਤੁਸੀਂ ਐਂ ਕਹਿ ਲਓ ਉਹ ਮੀਡੀਆ ਨੂੰ ਵੀ ਆਪਾਂ ਦੋ ਟੱਗ ਨਾਲ ਰੱਖ ਸਕਦੇ ਹਾਂ ਵੀ ਇੱਕ ਤਾਂ ਵਪਾਰੀਆਂ ਦਾ ਮੀਡੀਆ ਹੋ ਗਿਆ ਇੱਕ ਤਾਂ ਲੋਕਾਂ ਦਾ ਮੀਡੀਆ ਹੋ ਗਿਆ ਲੋਕਾਂ ਦਾ ਮੀਡੀਆ ਦਿਖ ਨਹੀਂ ਰਿਹਾ ਹੈਗਾ ਇਹਦੇ ਵਿੱਚ ਇਹੀ ਆ ਕਿ ਜਿਹੜੇ ਹੁਣ ਨਵੇਂ ਪਲੈਟਫਾਰਮ ਆ ਰਹੇ ਆ ਇਹਨੂੰ ਤੁਸੀਂ ਏਦਾਂ ਕਰ ਸਕਦੇ ਹੋ ਵੀ ਇੱਕ ਤਾਂ ਲੋਕ ਆਪਣੇ ਤੌਰ ਦੇ ਉੱਤੇ ਕੋਈ ਜਿਵੇਂ ਜਿਹੜੇ ਲੋਕ ਸੰਜੀਤ ਸਿੰਘ ਜੀ ਦਾ ਪੱਤਰਕਾਰ ਨੇ ਉਹ ਕੋਈ ਹਮਲਾ ਮਾਰ ਕੇ ਇਸ ਤਰ੍ਹਾਂ ਦਾ ਇੱਕ ਪਲੇਟਫਾਰਮ ਖੜਾ ਕਰ ਸਕਦੇ ਨੇ ਉਹਦੇ ਵਿੱਚ ਥੋੜਾ ਰੈਵਨਿਊ ਮਾਡਲ ਇੱਕ ਤਾਂ ਇਹੀ ਆ ਜਿਹੜਾ ਮੈਂ ਇੱਕ ਵਾਰ ਕੋਸ਼ਿਸ਼ ਕੀਤੀ ਸੀ ਮੈਂ ਕਾਮਯਾਬ ਨਹੀਂ ਹੋਇਆ ਕਿਉਂਕਿ ਉਹ ਮੇਰੀ ਨਿੱਜੀ ਐਫਰਟ ਸੀ ਪਰ ਲੋਕਾਂ ਦੀ ਸਹਿਤਾ ਨਾਲ ਮੀਡੀਆ ਚੱਲੇ ਵੀ ਲੋਕਾਂ ਦੇ ਚੰਦੇ ਨਾਲ ਚੱਲੇ ਇੱਕ ਤਾਂ ਇਹ ਮਾਡਲ ਆ ਇੱਕ ਤੁਸੀਂ ਕਈ ਸਾਰੇ ਲੋਕ ਇਕੱਠੇ ਹੋ ਕੇ ਉਹਦੇ ਵਿੱਚ ਕੋਈ ਛੋਟਾ ਪੈਸਾ ਪਾ ਕੇ ਵੀ ਸ਼ੁਰੂ ਕਰ ਸਕਦੇ ਹੈਗੇ ਹੋ ਇਫਰੇ ਮੀਡੀਆ ਨੂੰ ਤੁਸੀਂ ਆਏ ਨਾ ਆਏ ਨਾ ਸੁਪਨਾ ਲਓ ਵੀ ਇਹ ਜਾ ਕੇ ਫਿਰ ਥੋੜਾ ਜੀਤ ਅਖਬਾਰ ਬਣ ਜਾਊਗਾ ਆਏ ਨਾ ਉਹ ਫਿਰ ਇੱਕ ਰਹੇਗਾ ਸੀਮਤ ਰਹੇਗਾ ਛੋਟਾ ਰਹੇਗਾ ਪਰ ਉਹਦੇ ਵਿੱਚ ਪਾਵੇਂ ਕੇ ਅੱਠ ਕ ਬੰਦੇ ਕੰਮ ਕਰਨ ਪਰ ਉਹਦੀ ਮਾਰ ਤਕੜੀ ਹੋਊਗੀ ਬਤਲ ਤੁਸੀਂ ਉਹ ਕੰਮ ਕਰ ਸਕਦੇ ਹੋ ਜਿਹੜਾ ਕੰਮ ਹਲੇ ਪੰਜਾਬ ਵਿੱਚ ਕਰਨ ਵਾਲਾ ਪਿਆ ਲੌਂਗ ਟਰਮ ਤੇ ਪੰਜਾਬ ਵਿੱਚ ਕੰਮ ਨਹੀਂ ਹੋਇਆ ਹੈਗਾ ਪੰਜਾਬ ਦੇ ਵਿੱਚ ਇਨਵੈਸਟੀਗੇਟਿਵ ਸਟੋਰੀ ਤੇ ਕੰਮ ਨਹੀਂ ਹੋਇਆ ਹੈਗਾ ਨਾਲ ਦੀ ਨਾਲ ਇੱਕ ਹੋਰ ਚੀਜ਼ ਇਹ ਪੰਜਾਬ ਵਿੱਚ ਨਾ ਕਈ ਵਾਰ ਸਾਨੂੰ ਇੱਕ ਸਟੋਰੀ ਕੱਢਣ ਵਾਲੇ ਪੱਤਰਕਾਰ ਮਿਲ ਜਾਂਦੇ ਨੇ ਪਰ ਉਹ ਪੋਲਿਟੀਕਲ ਅੰਡਰਸਟੈਂਡਿੰਗ ਨਹੀਂ ਹੁੰਦੀ ਉਹ ਪੰਜਾਬੀ ਵਿੱਚ ਨਹੀਂ ਮੈਂ ਪੰਜਾਬ ਰੀਜਨ ਦੀ ਗੱਲ ਕਰਦਾ ਫਿਰ ਫਿਰ ਉਹ ਉਹ ਗੱਲ ਲਗਭਗ ਅੰਗਰੇਜ਼ੀ ਦੀ ਆ ਜਾਂਦੀ ਹੈ ਪੰਜਾਬੀ ਤਾਂ ਹਲੇ ਦੋਵੇਂ ਪਾਸੇ ਉਹ ਕੰਗਾਲ ਪਿਆ ਜਾਂ ਫਿਰ ਅੱਜਕੱਲ ਜਿਹੜਾ ਨਵਾਂ ਮੀਡੀਆ ਆ ਗਿਆ ਉਹ ਹਰੇਕ ਦੇ ਮੂੰਹ ਦੇ ਵਿੱਚ ਮਾਈਕ ਤੋਂ ਨ ਦੇਣਾ ਵੀ ਪੰਜਾਬ ਦੇ ਵਿੱਚ ਫਿਰ ਦੋ ਤਿੰਨ ਹੀ ਉਹਨਾਂ ਨੇ ਬੰਦੇ ਲੱਬੇ ਹੋਏ ਨੇ ਜਿਹੜੇ ਬੰਦੇ ਮੈਨੂੰ ਲੱਗਦਾ ਵੀ ਮਰਦਾਨਾ ਕਮਜ਼ੋਰੀ ਤੋਂ ਲੈ ਕੇ ਇੰਟਰਨੈਸ਼ਨਲ ਪੋਲਿਟਿਕਸ ਤੱਕ ਇਹਨਾਂ ਤੋਂ ਹੀ ਵਿਚਾਰ ਲੈਣੇ ਹੈਗੇ ਨੇ ਉਹ ਵੀ ਕੋਈ ਵਧੀਆ ਰੁਝਾਨ ਨਹੀਂ ਹੈਗਾ ਵਧੀਆ ਰੁਝਾਨ ਹੈ ਤੁਸੀਂ ਗਰਾਊਂਡ 'ਚੋਂ ਚੀਜ਼ਾਂ ਕੱਢੋ ਫਿਰ ਇੱਕ ਐਨਾਲਿਸਿਸ ਕਰਨ ਦੀ ਜਿਹੜੀ ਸੋਝ ਹੈ ਸਾਡੇ ਜਿਹੜੇ ਪੱਤਰਕਾਰੀ ਦੇ ਵਿੱਚ ਉਹ ਤਾਂ ਫਿਰ ਆਇਆ ਵੀ ਲਗਾਤਾਰ ਪੜ੍ਹ ਕੇ ਸੋਚ ਕੇ ਜਿੰਨਾ ਚਿਰ ਤੁਹਾਡੇ ਥੋੜਾ ਠਹਿਰਾਓ ਹੋਊਗਾ ਉਹ ਤਾਂ ਆਊਗੀ ਪਰ ਇੱਕ ਜਿਹੜਾ মিডিਆ ਦਾ ਤੁਸੀਂ ਸਵਾਲ ਕੀਤਾ ਉਹ ਤਾਂ ਆ ਵੀ ਜੇ ਉਹ মিডিਆ ਤੁਸੀਂ ਐਦਾਂ ਦਾ ਚਾਹੁੰਦੇ ਹੋ ਉਹਦੇ ਲਈ ਇੱਕ ਤਾਂ ਲੋਕਾਂ ਦੀ ਸਹਾਇਤਾ ਨਾਲ মিডিਆ ਚੱਲੇ ਇੱਕ ਜਿਹੜਾ ਕੁਝ ਲੋਕ ਇਕੱਠੇ ਹੋ ਕੇ ਤਾਂ ਹਮਲਾ ਮਾਰਨ ਉਹ ਇੱਕ ਜਿਹੜਾ ਹਾਂ ਸਪੇਸ ਬਹੁਤ ਪਈ ਹੈ ਉਹ ਆਪਾਂ ਨੂੰ ਪਤਾ ਵੀ ਸਾਰਾ ਕੁਝ ਹੀ ਖਾਲੀ ਪਿਆ ਹੈਗਾ ਉਹ ਖਾਲੀ ਪਏ ਦੇ ਵਿੱਚ ਆਪਾਂ ਕੰਮ ਕਰ ਸਕਦੇ ਆ ਐਵੇਂ ਵੀ ਹੋ ਸਕਦਾ ਵੀ ਜੇ ਮੈਂ ਚਾਰ ਬੰਦੇ ਮਿਲ ਗਏ ਚਾਰ ਬੰਦੇ ਮਿਲ ਕੇ ਕਰ ਸਕਦਾ ਠੀਕ ਹੈ ਕਈ ਵਾਰ ਦੋ ਤਿੰਨ ਬੰਦੇ ਅਲੱਗ-ਅਲੱਗ ਥਾਵਾਂ 'ਤੇ ਕੰਮ ਕਰਦੇ ਉਹ ਨਹੀਂ ਆਪਸ ਵਿੱਚ ਮਿਲਣਾ ਚਾਹੁੰਦੇ ਕਿਉਂਕਿ ਜਿਹੜਾ ਉਹਦਾ ਛੋਟਾ-ਮੋਟਾ ਮੀਡੀਆ ਗਰੁੱਪ ਆ ਉਹ ਨੂੰ ਹੁੰਦਾ ਵੀ ਮੇਰੀ ਇਹਦੇ ਨਾਲ ਪਛਾਣ ਜੁੜੀ ਆ ਫਿਰ ਤੁਸੀਂ ਆਪਸ ਵਿੱਚ ਨਾ ਇੱਕ ਅੰਡਰਸਟੈਂਡਿੰਗ ਹੋ ਸਕਦੀ ਆ ਤੁਹਾਡੀ ਵੀ ਆਪਾਂ ਇੱਕ ਇਨਫੋਰਮੇਸ਼ਨ ਦੀ ਸਾਂਝ ਪਾ ਲਈਏ ਉਦਾਹਰਣ ਦੇ ਤੌਰ ਤੇ ਇੱਕ ਮੇਰੀ ਵੈਬਸਾਈਟ ਇੱਕ ਤੁਹਾਡੀ ਇੱਕ ਇਹਨਾਂ ਦੀ ਹੈ ਹੁਣ ਤਿੰਨ ਵੈਬ ਕਿੰਨੇ ਜਿਹੜੀ ਹੈਗੀ ਇਹ ਕੋਈ ਸੂਚਨਾ ਦੀ ਸਾਂਝ ਪਾ ਸਕਦੇ ਆ ਵੀ ਲੈ ਭਾਈ ਮੈਂ ਕੋਈ ਸਟੋਰੀ ਕੱਢੀ ਐ ਨਾਲ ਤੂੰ ਵੀ ਲਾ ਲਈ ਧੰਨਵਾਦ ਸਹਿਤ ਤੂੰ ਵੀ ਲਾ ਲਈ ਇੱਕ ਤਰ੍ਹਾਂ ਦੀ ਸੂਚਨਾ ਦੀ ਚੇਨ ਬਣ ਜਾਂਦੀ ਹੁਣ ਸੰਗੀਆਂ ਦੀ ਕਿਤੇ ਬਣੀ ਨਹੀਂ ਹੋਈ ਸੰਗੀਆਂ ਦੇ ਚੈਨਲ ਜਿਹੜੇ ਬਈ ਬਹੁਤੇ ਸਾਰੇ ਆਪਸ ਵਿੱਚ ਇੱਕ ਤਾਬੂਨ ਰੱਖਦੇ ਹੈਗੇ ਨੇ ਵੀ ਕੀ ਜਿਹੜਾ ਹੈਗਾ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਜਿਹੜੀ ਇੱਕ ਸਹੀਰਦ ਪੱਤਰਕਾਰੀ ਕਰਨ ਵਾਲੇ ਨਹੀਂ ਕਰ ਸਕਦੇ ਹੈਗੇ ਉਹ ਵੀ ਕਰ ਸਕਦੇ ਨੇ ਇੱਕ ਮਨ ਦੇ ਵਿੱਚ ਹੋਰ ਸਵਾਲ ਆ ਰਿਹਾ ਜੀ ਜਦੋਂ ਜਦੋਂ ਪੱਤਰਕਾਰੀ ਦਾ ਲੈਵਲ ਇਸ ਤਰੀਕੇ ਨਾਲ ਘਿਰ ਜਾਂਦਾ ਜਦੋਂ ਲੋਕਾਂ ਤੱਕ ਉਸ ਤਰੀਕੇ ਦੀ ਸੂਚਨਾ ਨਹੀਂ ਪਹੁੰਚ ਪਾਉਂਦੀ ਗਰਾਊਂਡ ਰਿਪੋਰਟਾਂ ਨਹੀਂ ਆਉਂਦੀਆਂ ਹਨਾ ਸਰਕਾਰ ਦਾ ਕ੍ਰਿਟਿਸਿਜ਼ਮ ਨਹੀਂ ਹੁੰਦਾ ਫਿਰ ਉਸ ਸਮਾਜ ਕਿਹੜੇ ਪਾਸੇ ਵੱਲ ਜਾਂਦਾ ਸਮਾਜ ਤੇ ਅਸਰ ਕੀ ਹੁੰਦਾ ਉਸ ਚੀਜ਼ ਦਾ ਸਮਾਜ ਦੇ ਉੱਤੇ ਅਸਰ ਦੇਖ ਰਹੇ ਹਾਂ ਦੇਖੋ ਇਹ ਮੀਡੀਆ ਜਿਹੜਾ ਤੁਹਾਨੂੰ ਦਿਖਾ ਰਿਹਾ ਉਹੀ ਤੁਹਾਡੇ ਹੋ ਰਿਹਾ ਹੈਗਾ ਜਿਹੜਾ ਕੋਈ ਬੰਦਾ ਕਹਿੰਦਾ ਵੀ ਜਦੋਂ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਫਿਰ ਉਹੀ ਤੁਹਾਡਾ ਹੀਰੋ ਬਣਿਆ ਹੈਗਾ ਇਹਦੇ ਵਿੱਚ ਉਹੀ ਫਿਰ ਜਿਹੜਾ ਕੋਈ ਗੈਂਗਸਟਰ ਦਿਖਾ ਰਿਹਾ ਉਹੀ ਤੁਹਾਡਾ ਹੀਰੋ ਬਣਿਆ ਤੇ ਜਿਸ ਤਰ੍ਹਾਂ ਦੀਆਂ ਹਲਕੇ ਲੈਵਲ ਦੀਆਂ ਗੱਲਾਂ মিডিਆ ਦਿਖਾ ਰਿਹਾ ਉਹਦੀ ਪੇਸ਼ਕਾਰੀ ਹੋ ਰਹੀ ਹੈ ਉਸ ਸਮਾਜ ਦੇ ਵਿੱਚ ਵੀ ਰਿਫਲੈਕਸ਼ਨ ਉਹਦੀ ਹੋ ਹੀ ਰਹੀ ਹੈ ਅੱਛਾ ਜਿਹੜਾ মিডিਆ ਕਰ ਰਿਹਾ ਉਹ ਉਹਨੂੰ ਕਿੱਥੋਂ ਚੈਨਲਾਈਜ਼ ਹੋ ਰਿਹਾ ਉਹ ਕੀ ਦੇਖ ਰਿਹਾ ਉਹ ਸਾਰਾ ਕੁਝ ਚੱਲਦਾ ਉਹ ਮਤਲਬ মিডিਆ ਦਾ ਇੱਕ ਜਿਹੜਾ ਹੈਗਾ ਪ੍ਰਭਾਵ ਸਮਾਜ ਤੇ ਤਾਂ ਪੈਂਦਾ ਹੀ ਹੈਗਾ ਉਹ ਤਾਂ ਆਪਾਂ ਉਹਦੇ ਤੇ ਆ ਹੁਣ ਆਏ ਨਾ ਵੀ ਦੇਖੋ ਇਹਦੀ ਇੱਕ ਹੋਰ ਸੌਖੀ ਉਦਾਹਰਨ ਦਿੰਦਾ ਇੰਡੀਆ ਲੈਵਲ ਦੇ ਉੱਤੇ ਅੱਜ ਜਿਵੇਂ ਭਾਰਤ ਦੇ ਵਿੱਚ ਹਿੰਦੂਤਵੀਕਰਨ ਹੋ ਰਿਹਾ ਹੈਗਾ ਸਾਰਾ ਕੁਝ ਹੋ ਰਿਹਾ ਤੁਹਾਡੇ ਆਏ ਦਿਨ ਤੋਂ ਰੋਜ਼ ਤੁਹਾਡੇ ਟੀਵੀ ਚੈਨਲ ਜਦੋਂ ਕੋਈ ਬੰਦਾ ਟੀਵੀ ਦੇਖਦਾ ਉਹ ਦਿਖਾ ਰਿਹਾ ਮੁਸਲਮਾਨਾਂ ਨੇ ਐ ਕਰਤਾ ਐ ਕਰ ਦਿੱਤਾ ਉਹ ਸਮਾਜ ਇੱਕ ਦੇ ਵਿੱਚ ਜਿਹੜੀ ਨਫ਼ਰਤ ਹੈ ਨਫ਼ਰਤ ਦਾ ਸਮਾਜੀਕਰਨ ਹੋ ਗਿਆ ਇਹ ਪ੍ਰਭਾਵ ਹੈ ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ 9 ਸਾਲ ਪਹਿਲਾਂ ਜੇ ਕੋਈ ਬੰਦਾ ਮੁਸਲਮਾਨਾਂ ਨੂੰ ਗਾਲ੍ਹਾਂ ਵੀ ਕੱਢਦਾ ਸੀਗਾ ਇੰਨੀ ਕੀ ਗਾਲ੍ਹਾਂ ਨਹੀਂ ਕੱਢਦੇ ਹੁੰਦੇ ਸੀ ਕੱਢਦੇ ਹੁੰਦੇ ਸੀ ਮੁਸਲਮਾਨ ਇਹ ਜਿਹੇ ਹੁੰਦੇ ਨੇ ਹਿੰਦੂ ਇਹ ਜਿਹੇ ਨੇ ਸਿੱਖ ਇਹ ਜੇ ਤਾਂ ਉਹਨੂੰ ਕੁਝ ਕਹਿੰਦੇ ਸੀ ਯਾਰ ਚੰਤਕ ਨਾ ਕਰ ਸ਼ਰਯਾਮ ਨਾ ਕਰ ਅੰਦਰ ਵੇ ਕੇ ਕਰ ਲੈ ਗੱਲ ਅੱਜ ਉਹ ਜਿਹੜੀ ਅੰਦਰ ਵੇ ਕੇ ਕਹਿਣ ਨਾਲ ਜਿਆਦਾ ਖੋਦੇ ਉਸ ਕੈਟਾਗਰੀ ਚ ਆ ਕੇ ਜਾਂ ਕਹਿਣਾ ਛੱਡ ਦਿੱਤਾ ਸੋ ਨਫ਼ਰਤ ਦਾ ਇੱਕ ਸਮਾਜੀਕਰਨ ਹੋ ਗਿਆ ਇਹ ਮੀਡੀਆ ਕਰਕੇ ਹੋਇਆ ਤੇ ਉਸ ਮੀਡੀਆ ਨੂੰ ਪਿੱਛੋਂ ਕੌਣ ਚਲਾ ਰਿਹਾ ਆਪਾਂ ਨੂੰ ਵੀ ਪਤਾ ਹੈਗਾ ਇਹ ਪ੍ਰਭਾਵ ਤਾਂ ਹੈ ਹੀ ਇਹ ਦਿਖਦਾ ਆ ਫਿਰ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਹੀ ਆਪਾਂ ਖਤਮ ਕਰਦੇ ਆਂ ਫਿਰ ਉਹ ਕਿਵੇਂ ਆਊਗਾ ਜੀ ਉਹ ਪੱਤਰਕਾਰ ਕੀ ਉਹ ਕੁਰਤੇ ਵਾਲੇ ਕਲਮ ਵਾਲੇ ਜਿਹੜੇ ਹੋਣਗੇ ਸੱਚੇ ਸੁੱਚੇ ਉਹ ਕਦ ਕਿਵੇਂ ਆਉਣਗੇ ਸੱਚੇ ਸੁੱਚੇ ਤਾਂ ਮੈਨੂੰ ਲੱਗਦਾ ਕਿਸੇ ਵਰਗ ਸਮੇਂ ਹੀ ਨਹੀਂ ਰਹੇ ਹੈਗੇ ਸੱਚੇ ਸੁੱਚੇ ਅੱਗੇ ਵੀ ਪਹਿਲਾਂ ਆਪਣੇ ਤੋਂ ਬਾਅਦ ਵੀ ਨਹੀਂ ਰਹਿਣੇ ਹੈਗੇ ਮਸਲਾ ਇਹ ਹੁੰਦਾ ਵੀ ਜਿਹੜਾ ਇੱਕ ਹਨੇਰ ਦਾ ਯੁੱਗ ਹੈ ਉਹ ਹਨੇਰਗਰਦੀ ਦੇ ਵਿੱਚ ਕੋਈ ਚੈਲੰਜ ਕਰਨ ਵਾਲੀ ਜਿਹੜੀ ਧਿਰ ਹੈਗੀ ਆ ਉਹ ਮਤਲਬ ਕੀ ਹੋਊਗੀ ਕਿ ਨਹੀਂ ਹੋਊਗੀ ਉਹ ਉਹ ਜਿਹੜੀ ਹੋਊਗੀ ਉਹ ਇਸੇ ਢੰਗ ਨਾਲ ਹੀ ਹੋਊਗੀ ਕਿ ਉਹਦੇ ਵਿੱਚੋਂ ਇਨੀਸ਼ੀਏਟਿਵ ਲੈਣਾ ਪਊਗਾ ਹੁਣ ਜੇ ਮੈਂ ਪੱਤਰਕਾਰਾਂ ਦੇ ਵਿੱਚ ਬੜਾ ਕਸੂਰ ਹੈ ਇੱਕ ਮੈਂ ਮੰਨਦਾ ਹੁਣ ਅਸੀਂ ਜਦੋਂ ਆਮ ਹੀ ਆਪਣੇ ਆਪ ਨੂੰ ਪ੍ਰੋਗਰੈਸਿਵ ਪੱਤਰਕਾਰ ਕਹਾਉਣੇ ਆ ਜਾਂ ਕਹਿੰਦੇ ਕਿ ਅਸੀਂ ਪੂਰੇ ਪ੍ਰੋਫੈਸ਼ਨਲ ਦੇ ਤੌਰ ਤੇ ਸਕਿਲਡ ਪੱਤਰਕਾਰਾਂ ਅਸੀਂ ਕੀ ਕਰਦੇ ਹਾਂ ਅਸੀਂ ਵੀ ਮੋਦੀ ਦੇ ਵਿਰੁੱਧ ਲਿਖਾਂਗੇ ਬਾਦਲ ਵਿਰੁੱਧ ਲਿਖਾਂਗੇ ਅਸੀਂ ਜਿਹੜਾ ਹੈਗਾ ਕੈਪਟਨ ਵਿਰੁੱਧ ਲਿਖਾਂਗੇ ਜਾਂ ਹੋਰਾਂ ਦੇ ਵਿਰੁੱਧ ਲਿਖਾਂਗੇ ਪਰ ਇੱਕ ਪੱਤਰਕਾਰ ਜੇ ਤੋ ਪੱਤਰਕਾਰ ਦੂਜਾ ਪੱਤਰਕਾਰ ਕੋ ਗਲਤ ਕਰ ਰਿਹਾ ਉਹਨੂੰ ਕਹਿਣ ਤੋਂ ਸਿੱਖਣਾਂ ਆ ਜਾ ਨਾ ਫਿਰ ਅਸੀਂ ਨਹੀਂ ਕਹਿਣਾ ਸੀ ਫਿਰ ਉਹਨੂੰ ਭਾਜੀ ਭਾਜੀ ਕਰਨ ਲੱਗ ਜਾਗੇ ਸਾਨੂੰ ਇਹ ਕਹਿਣਾ ਪਏਗਾ ਕਿ ਪੰਜਾਬ ਦੀ ਜਿਹੜੀ ਪੱਤਰਕਾਰੀ ਪਰਵਚਨੀ ਪੱਤਰਕਾਰੀ ਹੈ ਇਹ ਇਹਦੇ ਵਿੱਚ ਕੁਝ ਨਹੀਂ ਹੋ ਰਿਹਾ ਤੇ ਪ੍ਰਵਚਨ ਕਰਨ ਵਾਲਿਆਂ ਵਿੱਚੋਂ ਜਤਿੰਦਰ ਪੰਨੂ ਆ ਸਾਨੂੰ ਇਹ ਕਹਿਣਾ ਪਊਗਾ ਚੁਟਕਲੇਵਾਜੀ ਤੇ ਜਿਹੜੀ ਪੱਤਰਕਾਰੀ ਆਈ ਆ ਉਹ ਉਹਦਾ ਜਿਹੜਾ ਨਾਇਕ ਜਿਹੜਾ ਸਵਰਨ ਟੈਣਾ ਹੈਗਾ ਸਾਨੂੰ ਕਹਿਣਾ ਪਊਗਾ ਜਿਹੜੀਆਂ ਸੱਤਾ ਦੀ ਸਥਾਪਤੀ ਵਾਲੀ ਪੱਤਰਕਾਰੀ ਹੈ ਬਰਜਿੰਦਰ ਸਿੰਘ ਹਮਦਾਰ ਦੋਦਾ ਹੈਗਾ ਗਵਾਨੂ ਹੈਗਾ ਸਾਨੂੰ ਇਹ ਗੱਲਾਂ ਕਰਨੀਆਂ ਪੈਣਗੀਆਂ ਜਿਨ੍ਹਾਂ ਜਿਹੜੀ ਅਸੀਂ ਇਹਨਾਂ ਲੋਕਾਂ ਦੇ ਨਾਂ ਨਹੀਂ ਲੈਂਦੇ ਹੈਗੇ ਤੇ ਉਹ ਦਲੇਰੀ ਨਹੀਂ ਆਉਂਦੀ ਹੈਗੀ ਉਹਨਾਂ ਜਿਕਰ ਕੁਝ ਨਹੀਂ ਹੋਣਾ ਤੇ ਫਿਰ ਇਹ ਵੀ ਪਤਾ ਸਾਨੂੰ ਕਹਿਣਾ ਪਊਗਾ ਇਹੋ ਜਿਹੇ ادارے ਜਿਹੜੇ ਆਪਣਾ ਵਿਰਤਾਂਤ ਸਿਰਜ ਰਹੇ ਨੇ ਉਹਨਾਂ ਦੇ ਉਸ ਵਿਰਤਾਂਤ ਨੂੰ ਫੇਲ ਕਰਨ ਲਈ ਵੀ ਤੁਹਾਨੂੰ ਅੱਗੇ ਆਉਣਾ ਪਏਗਾ ਇਹ ਹੌਸਲੇ ਦੀ ਲੋੜ ਹੈ ਮੈਨੂੰ ਲੱਗਦਾ ਧੰਨਵਾਦ ਜੀ ਬਹੁਤ-ਬਹੁਤ ਆਪਾਂ ਗੱਲਬਾਤ ਕੀਤੀ ਹੈ ਪੰਜਾਬੀ ਪੱਤਰਕਾਰੀ ਬਾਰੇ ਬਹੁਤ ਹੌਸਲੇ ਦੀ ਲੋੜ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਪੰਜਾਬੀ ਪੱਤਰਕਾਰੀ ਵੱਧ ਸਕੇ ਉਹ ਪ੍ਰੋਫੈਸ਼ਨਲ ਲੀਹਾਂ ਤੇ ਆ ਸਕੇ ਤਾਂ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਆਪਣੀ رائے ਸੁਝਾ ਕਮੈਂਟ ਜ਼ਰੂਰ ਲਿਖਿਓ ਜੀ ਇਸ ਵੀਡੀਓ ਨੂੰ ਸਾਂਝੀ ਵੀ ਜ਼ਰੂਰ ਕਰਿਓ ਜੀ ਦੇਖਦੇ ਰਹੋ ਤੁਹਾਨੂੰ